ਸਾਡੀ ਤਾਂ ਤੀਜੀ ਧੀ ਬਣਾਈ ਹੋਈ ਆ ਨਾ ਕਦੇ ਅਸੀਂ ਇਹ ਤੋਂ ਪੈਰੀ ਹੱਥ ਲਵਾਏ ਨੇ ਅਸੀਂ ਤਾਂ ਧੀ ਵਾਂਗੂ ਹੀ ਸਮਝਦੇ ਨੇ ਵੀ ਤੀਜੀ ਧੀ ਸਾਡੀ ਇਹ ਤਾਂ ਮਾਵਾਂ ਧੀਆਂ ਵਾਲੇ ਰਿਸ਼ਤਾ ਵਾਸਤੇ ਆਇਆ ਸਾਡਾ ਕੰਮ ਜਈਆਂ ਹੀ ਆਪਦੇ ਧੀਆਂ ਨੇ ਉਹੀ ਜੀ ਧੀ ਕਿੰਨੀਆਂ ਧੀਆਂ ਨੇ ਤੁਹਾਡੇ ਦੋ ਤੀਜੀ ਇਹ ਆ ਇਹ ਧੀ ਜਦੋਂ 5 ਸਾਲ ਦੀ ਹੁੰਦੀ ਹੈ ਤਾਂ ਇੱਕ ਐਕਸੀਡੈਂਟ ਹੁੰਦਾ ਹੈ ਤੇ ਉਸ ਐਕਸੀਡੈਂਟ ਦੇ ਵਿੱਚ ਇਸ ਧੀ ਦੀ ਮਾਂ ਤੇ ਭੈਣ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਪਿਓ ਦਾ ਦੂਸਰਾ ਵਿਆਹ ਕਰ ਦਿੱਤਾ ਜਾਂਦਾ ਹੈ ਤੇ ਫਿਰ ਮਤਰੇਈ ਮਾਂ ਇਸ ਧੀ ਨਾਲ ਵਿਤਕਰੇ ਕਰਨੇ ਸ਼ੁਰੂ ਕਰ ਦਿੰਦੀ ਹੈ ਭੈਣ ਹੋਰੀ ਦੱਸਦੀ ਹੈ ਕਿ ਕਈ ਵਾਰ ਤਾਂ ਮੈਨੂੰ ਮਤਰੇਈ ਮਾਂ ਨੇ ਖਾਣ ਨੂੰ ਰੋਟੀ ਵੀ ਨਾ ਦੇਣੀ ਤੇ ਮੈਂ ਰੋਟੀ ਵੀ ਆਪਣੇ ਚਾਚੇ ਤਾਇਆਂ ਦੇ ਘਰੇ ਖਾ ਕੇ ਆਉਣੀ ਮੈਨੂੰ ਪੜ੍ਹਨ ਨਾ ਦੇਣਾ ਤੇ ਸਾਰਾ ਦਿਨ ਕੰਮ ਕਰਵਾਉਂਦੇ ਰਹਿਣਾ ਤੇ ਫਿਰ ਭੈਣ ਹੋਰਾਂ ਦੇ ਨਾਨਕੇ ਆ ਕੇ ਭੈਣ ਹੋਰਾਂ ਨੂੰ ਲੈ ਜਾਂਦੇ ਹੈ ਫਿਰ ਇਸ ਧੀ ਦਾ ਵਿਆਹ ਵੀ ਇਸ ਦੇ ਮਾਮੇ ਹੀ ਕਰਦੇ ਹੈ ਮਾਮੇ ਇਸ ਧੀ ਦੇ ਇਸ ਦੇ ਪਿਤਾ ਨੂੰ ਇਹ ਵੀ ਕਹਿ ਦਿੰਦੇ ਹੈ ਕਿ ਅਸੀਂ ਸਾਰਾ ਖਰਚਾ ਵਿਆਹ ਦਾ ਆਪ ਕਰਾਂਗੇ ਬਸ ਤੁਸੀਂ ਆਪਣੀ ਧੀ ਨੂੰ ਆਸ਼ੀਰਵਾਦ ਦੇਣ ਆ ਜਾਓ ਪਰ ਅਫਸੋਸ ਇਹ ਧੀ ਦੇ ਵਿਆਹ ਵਾਲੇ ਦਿਨ ਇਸ ਧੀ ਦਾ ਸਕਾ ਬਾਪ ਤੇ ਮਤਰੀ ਮਾਂ ਆਸ਼ੀਰਵਾਦ ਦੇਣ ਤੱਕ ਵੀ ਨਹੀਂ ਆਉਂਦੇ ਭੈਣ ਹੋਰੀ ਦੱਸਦੇ ਹੈ ਕਿ ਵਿਆਹ ਵਾਲੇ ਦਿਨ ਡੋਲੀ ਦੀ ਵਧਾਈ ਤੱਕ ਵੀ ਮੈਂ ਆਪਣੇ ਪਿਤਾ ਨੂੰ ਉਡੀਕਦੀ ਰਹੀ ਭੈਣ ਹੋਰੀ ਦੱਸਦੇ ਹੈ ਕਿ ਵਿਆਹ ਤੋਂ ਬਾਅਦ ਮੈਨੂੰ ਐਸੀ ਸੱਸ ਮਿਲੀ ਜਿਹਨੇ ਮੈਨੂੰ ਆਪਣੀ ਧੀ ਹੀ ਬਣਾ ਲਿਆ ਭੈਣ ਹੋਰਾਂ ਦੇ ਸੱਸ ਕਹਿੰਦੇ ਹੈ ਕਿ ਮੈਂ ਆਪਣੀ ਨੂੰਹ ਦੀ ਹਰ ਇੱਕ ਰੀਝ ਪਗਾਉਂਦੀ ਹਾਂ ਤੇ ਮੈਂ ਆਪਣੀ ਨੂੰਹ ਨੂੰ ਸੁੱਤੀ ਪਈ ਨੂੰ ਉਠਾਉਂਦੀ ਤੱਕ ਵੀ ਨਹੀਂ ਤੇ ਹਮੇਸ਼ਾ ਇਹ ਕੋਸ਼ਿਸ਼ ਕਰਦੀ ਹਾਂ ਕਿ ਕਦੇ ਵੀ ਇਸ ਨੂੰ ਇਸ ਦੀ ਮਾਂ ਦੀ ਕਮੀ ਮਹਿਸੂਸ ਨਾ ਹੋਵੇ ਨਾਲ ਇਹ ਵੀ ਕਹਿੰਦੇ ਹੈ ਕਿ ਪਹਿਲਾਂ ਮੇਰੇ ਦੋ ਧੀਆਂ ਸੀ ਹੁਣ ਮੇਰੀ ਨੂੰਹ ਸਣੇ ਮੇਰੇ ਤਿੰਨ ਧੀਆਂ ਹੋ ਗਈਆਂ ਨੇ ਅਸੀਂ ਨਾ ਮਾਮਿਆਂ ਦੇ ਛੁੱਟੀਆਂ ਕੱਟਣ ਗਏ ਸੀ ਤੇ ਉਦੋਂ ਮੇਰੀ ਉਮਰ 5 ਸਾਲ ਦੀ ਸੀ ਤੇ ਮਾਮਾ ਜੀ ਨਾ ਸਾਨੂੰ ਛੱਡਣ ਆ ਰਹੇ ਸੀ ਸਕੂਟਰ ਤੇ ਆ ਰਹੇ ਸੀ ਮੈਂ ਅੱਗੇ ਖੜੀ ਸੀ ਮੇਰੀ ਸਿਸਟਰ ਤੇ ਮੰਮਾ ਨਾ ਪਿੱਛੇ ਬੈਠੇ ਸੀ ਤੇ ਰਸਤੇ ਦੇ ਵਿੱਚ ਨਾ ਅਚਾਨਕ ਹੀ ਉਹ ਡਿੱਗ ਗਏ ਤੇ ਸਿਸਟਰ ਤੇ ਮੇਰੀ ਮੰਮੀ ਡਿੱਗ ਕੇ ਜਿੱਦੇ ਇਹ ਨਾ ਡਿੱਗੇ ਨਾ ਨਾਲੀ ਉੱਪਰੋਂ ਦੀ ਉਹਨਾਂ ਦੀ ਗੱਡੀ ਕਰੋਸ ਹੋ ਗਈ ਮੰਮਾ ਅਤੇ ਮੇਰੀ ਸਿਸਟਰ ਉਸੇ ਟਾਈਮ ਨਾ ਐਕਸਪਾਇਰ ਹੋ ਗਏ ਸੀ ਅਤੇ ਮੈਂ ਬਹੁਤ ਜ਼ਿਆਦਾ ਛੋਟੀ ਸੀ ਫਿਰ ਮੇਰੀ ਕੇਅਰ ਵੀ ਕਰਨ ਵਾਸਤੇ ਨਾ ਫਿਰ ਪਾਪਾ ਦੀ ਸੈਕਿੰਡ ਮੈਰਿਜ ਹੋ ਗਈ ਸੀ ਮੈਂ 5-6 ਸਾਲ ਦੀ ਸੀ ਅਤੇ ਮੈਂ ਮਾਮਿਆਂ ਦੇ ਚਲ ਜਾਂਦੀ ਸੀ ਜਿੰਨੇ ਵੀ ਮੈਨੂੰ ਕੱਪੜੇ ਜਾਂ ਕੋਈ ਵੀ ਸਮਾਨ ਚਾਹੀਦਾ ਹੁੰਦਾ ਸੀ ਨਾ ਸਾਰਾ ਕੁਛ ਮਾਮਾ ਜੀ ਹੁਣੇ ਲੈ ਦਿੰਦੇ ਹੁੰਦੇ ਸੀ ਮੈਨੂੰ ਮੰਮਾ ਐਕਸਪਾਇਰ ਹੋ ਗਏ ਸੀ ਪਰ ਉਹਨਾਂ ਨੇ ਮੈਨੂੰ ਛੱਡਿਆ ਨਹੀਂ ਉਹ ਮੈਨੂੰ ਦੇਖਣ ਜ਼ਰੂਰ ਆਉਂਦੇ ਹੁੰਦੇ ਸੀ ਫਿਰ ਜਦੋਂ ਮੈਰਿਜ ਹੋਈ ਸੀ ਫਿਰ ਪਾਪਾ ਨਹੀਂ ਮੇਰੇ ਆਏ ਸੀ ਮਾਮਾ ਜੀ ਉਹਨਾਂ ਨੇ ਸਾਰਾ ਖਰਚਾ ਕੀਤਾ ਸੀ ਉਹਨਾਂ ਨੇ ਫਾਦਰ ਨੂੰ ਕਿਹਾ ਵੀ ਸੀ ਕਿ ਅਸੀਂ ਸਾਰਾ ਕੁਛ ਕਰਤਾ ਬਸ ਤੁਸੀਂ ਆਸ਼ੀਰਵਾਦ ਦੇਣੀ ਹੈ ਜੋ ਨਾ ਪਾਪਾ ਨਹੀਂ ਆਏ ਸੀ ਜੇ ਮੇਰੇ ਮੰਮਾ ਹੁੰਦੇ ਤਾਂ ਇਹ ਦਿਨ ਨਹੀਂ ਮੈਨੂੰ ਦੇਖਣਾ ਪੈਣਾ ਸੀ ਫਿਰ ਮੇਰੇ ਪਾਪਾ ਵੀ ਮੇਰੀ ਮੈਰਿਜ 'ਤੇ ਹੁੰਦੇ ਸਾਰਾ ਕੁਛ ਕਰਦੇ ਅਤੇ ਇਸ ਕਰਕੇ ਫਿਰ ਇਹਨਾਂ ਦੀ ਮਾਂ ਨੇ ਆਉਣ ਨਹੀਂ ਦਿੱਤਾ ਹੈਗਾ ਡੈਡੀ ਨੂੰ ਅਤੇ ਡੈਡੀ ਦਾ ਦਿਲ ਤਾਂ ਕਰਦਾ ਸੀ ਕਿਉਂਕਿ ਡੈਡੀ ਪਹਿਲਾਂ ਕਹਿੰਦੇ ਸੀ ਆਵਾਂਗੇ ਗੱਲਬਾਤ ਹੋਈ ਆ ਡੈਡੀ ਨੇ ਆਉਣਾ ਸੀ ਅਤੇ ਪਰ ਐਨ ਮੌਕੇ 'ਤੇ ਕੋਈ ਘਰ ਦੇ ਵਿੱਚ ਗੱਲਬਾਤ ਹੋਈ ਨਹੀਂ ਆ ਤਾਂ ਫਿਰ ਉਹਨਾਂ ਨੇ ਆਪਦਾ ਘਰ ਦੇਖਿਆ ਵਿਆਹ 'ਤੇ ਨਹੀਂ ਆਏ ਕੋਈ ਵੀ ਧੀ ਆਪਦੇ ਪਿਓ ਦਾ ਆਸਰਾ ਤਾਂ ਤੱਕਦੀ ਆ ਕਿਉਂਕਿ ਇੱਕੋ ਹੀ ਤਾਂ ਚਾਹ ਹੁੰਦਾ ਜਾਂਦੀ ਵਾਰ ਦਾ ਆਸ਼ੀਰਵਾਦ ਨਾ ਮਿਲੇ ਧੀ ਨੂੰ ਉਹ ਸਾਰੀ ਉਮਰ ਘਾਟ ਦੜਕਦੀ ਤਾਂ ਰਹਿੰਦੀ ਆ ਖਾਣ ਨੂੰ ਰੋਟੀ ਨਹੀਂ ਮਿਲਦੀ ਸੀਗੀ ਪਾਣੀ ਫਰਿੱਜ 'ਚ ਉਹ ਨਹੀਂ ਚੱਕਣ ਦਿੰਦੇ ਸੀਗੇ ਅਤੇ ਫਿਰ ਜਿਹੜੇ ਇਹਨਾਂ ਦੇ ਚਾਚਾ ਤਾਇਆ ਤਾਈ ਸੀਗੇ ਉਹ ਆਪਦੇ ਕਣੀ ਬੁਲਾ ਕੇ ਇਹਨਾਂ ਨੂੰ ਰੋਟੀ ਖਵਾਉਂਦੇ ਸੀਗੇ ਬਹੁਤ ਤੰਗ ਕੀਤਾ ਜਾਂਦਾ ਸੀਗਾ ਫਿਰ ਇਹਨਾਂ ਚਾਚਾ ਤਾਈ ਨੇ ਫੋਨ ਕੀਤਾ ਨਾਨਕੇ ਮਾਮਿਆਂ ਦੇ ਘਰ ਮਾਮੇ ਉਹਨਾਂ ਨੂੰ ਵੀ ਕੁੜੀ ਨੂੰ ਲੈ ਜਾਓ ਕੁੜੀ ਤੰਗ ਬਹੁਤ ਆ ਅਤੇ ਫਿਰ ਉਹ ਘਰੋਂ ਲੈ ਕੇ ਗਏ ਆ ਕੇ ਬਹਾਨੇ ਨਾਲ ਇਹਨਾਂ ਨੂੰ ਟੋਰਚਰ ਵੀ ਬਹੁਤ ਕੀਤਾ ਗਿਆ ਗਾ ਮਤਲਬ ਜੇ ਖੁਦ ਦੀ ਮਾਂ ਹੁੰਦੀ ਤਾਂ ਮੇਰੇ ਸਾਹਮਣੇ ਇਹਨਾਂ ਦੇ ਹਾਲਾਤ ਨਾ ਹੁੰਦੇ ਅੱਜ ਦੀ ਘੜੀ ਜਿਹੜੇ ਹਾਲਾਤਾਂ ਦੇ ਵਿੱਚ ਇਹ ਗੁਜ਼ਰੇ ਅਤੇ ਉਹ ਦੱਸ ਦਿੰਦੇ ਵੀ ਜਦੋਂ ਛੋਟੀ ਹੁੰਦੀ ਸੀ ਮਾਂ ਦੇ ਜਾਣ ਤੋਂ ਬਾਅਦ ਇਹਨਾਂ ਨੇ ਇਕੱਲੇ ਰਹਿਣਾ ਬਾਕੀ ਸਾਰੇ ਬੱਚੇ ਖੇਡਦੇ ਰਹਿੰਦੇ ਇਹਨਾਂ ਨੇ ਉਹਨਾਂ ਦੇ ਵਿੱਚ ਨਹੀਂ ਆਉਣਾ ਇੱਕ ਪਾਸੇ ਖੂੰਜੇ ਲੱਗ ਕੇ ਬੈਠ ਕੇ ਇਕੱਲੇ ਬੈਠੇ ਰਹਿਣਾ ਕਿਸੇ ਨਾਲ ਨਹੀਂ ਖੇਲਣਾ ਕੁੱਦਣਾ ਤਾਇਆ ਜੀ ਨੇ ਵੱਡੇ ਤਾਇਆ ਜੀ ਉਹਨਾਂ ਨੂੰ ਡੈਡੀ ਕਹਿੰਦੇ ਹੈਗੇ ਅਤੇ ਉਹਨਾਂ ਨੇ ਇਹਨਾਂ ਨੂੰ ਧੱਕੇ ਨਾਲ ਖਿਲਾਉਣਾ ਡਰਾਉਣਾ ਧਮਕਾਉਣਾ ਵੀ ਚੱਲ ਤੂੰ ਖੇਲ ਐਂ ਡਰਾ ਕੇ ਬੱਚੇ ਨੂੰ ਖੜਾ ਨਹੀਂ ਹੁੰਦੇ ਵੀ ਤੈਨੂੰ ਐਂ ਹੋ ਜਾਣਾ ਫਲਾਨ ਤਾਂ ਉੱਦਾਂ ਖਿਲਾਉਣਾ ਨਹੀਂ ਇਹ ਖੇਡਦੇ ਕੁੱਦਦੇ ਜੀ ਬਿਲਕੁਲ ਵੀ ਨਹੀਂ ਸੀਗੇ ਅੱਛਾ ਮਾਤਾ ਜੀ ਕਦੇ ਕੋਸ਼ਿਸ਼ ਇਹ ਕਰਦੇ ਹੁੰਦੇ ਹੋ ਕਿ ਨੂੰਹ ਨੂੰ ਕਦੇ ਇਹਦੀ ਮਾਂ ਦੀ ਯਾਦ ਨਾ ਆਵੇ ਨਾ ਭਾਈ ਤਾਂ ਕਦੇ ਠਾਲੀ ਨਹੀਂ ਮੈਂ ਤਾਂ ਸੁੱਤੀ ਪਈ ਇਹ 10 ਵਜੇ ਉੱਠੇ ਚਾਹੇ 9 ਵਜੇ ਉੱਠੇ ਮੈਂ ਨਹੀਂ ਕਦੇ ਠਾਲੀ ਹੈਗੀ ਮੈਂ ਤਾਂ ਕਦੇ ਇਹਨੂੰ ਕੰਮ ਨੂੰ ਵੀ ਨਹੀਂ ਕਿਹਾ ਹੈਗਾ ਆਪਦੀ ਮਰਜ਼ੀ ਤੋਂ ਹੀ ਕਰਦੀ ਹੈ ਜਿਹੜਾ ਕੁਛ ਕਰਦੀ ਹੈ ਜਿਹੜੀ ਚੀਜ਼ ਮੰਗਦੀ ਉਹੀ ਚੀਜ਼ ਮਿਲਦੀ ਹੈ ਇਹਨੂੰ ਅੱਛਾ ਇਹ ਦਿਮਾਗ 'ਚ ਸੋਚ ਕਿਵੇਂ ਬਣਾ ਲਈ ਵੀ ਨਹੀਂ ਤਾਂ ਅਕਸਰ ਜਿੱਥੇ 2 ਭਾਂਡੇ ਹੁੰਦੇ ਉੱਥੇ ਖੜਕਦੀ ਹੁੰਦੀ ਹੈ ਅਸੀਂ ਤਾਂ ਭਾਈ ਖੜਕਾਉਂਦੀ ਨਹੀਂ ਹੈਗੀ ਅਸੀਂ ਮੌਕਾ ਹੀ ਨਹੀਂ ਦਿੰਦੇ ਖੜਕਾਉਣ ਵਾਲਾ ਇਹਨਾਂ ਨਾਲ ਹੀ ਸਾਡਾ ਜੱਗ ਵੱਸਦਾ ਇਹਨਾਂ ਨਾਲ ਹੀ ਸਭ ਕੁਛ ਬਹੁਤ ਜ਼ਿਆਦਾ ਪਿਆਰ ਸਤਿਕਾਰ ਮਿਲਿਆ ਮੈਨੂੰ ਪਿਛਲਾ ਜਿਹੜਾ ਟਾਈਮ ਹੈ ਉਹ ਮੈਂ ਸਾਰਾ ਕੁਛ ਭੁੱਲ ਗਈ ਉਹਦੇ ਬਾਰੇ ਮੈਂ ਯਾਦ ਵੀ ਨਹੀਂ ਕਰਦੀ ਕਿਉਂਕਿ ਫੈਮਿਲੀ ਨੇ ਸਪੋਰਟ ਕਰਕੇ ਆ ਇੰਨੀ ਸਪੋਰਟ ਕਰਦੇ ਆ ਕਿ ਮੈਨੂੰ ਸਟੱਡੀ ਵੀ ਕਰਵਾ ਰਹੇ ਆ ਕਿ ਸਾਰਾ ਕੁਛ ਨਾਲ ਮੈਨੂੰ ਸਪੋਰਟ ਕਰ ਰਹੇ ਭਾਈ ਆਪਾਂ ਮਾਮਿਆਂ ਦੇ ਜਾਈਦਾ ਗਾ ਮੇਰੇ ਤਾਂ ਹੁਣ ਉਹੀ ਸਹੁਰੇ ਨੇ ਜਿਨ੍ਹਾਂ ਨੇ ਸਾਰਾ ਕੁਛ ਕੀਤਾ ਨਾ ਕਿਉਂਕਿ ਉਹਨਾਂ ਨੇ ਕਦੇ ਸਾਨੂੰ ਫੀਲ ਹੀ ਨਹੀਂ ਹੋਣ ਦਿੱਤਾ ਵੀ ਤੁਸੀਂ ਨਾਨਕੇ ਘਰ ਆਏ ਹੋਗੇ
मैं इन्ना मतलब चावान जाद रख दें सू कोई चीज़ की कमी नहीं, कोई काम करना जा कोई समान मतलब घर वास्ते लैके आना ज कोई होर फंक्शन वगैरह सब तो मूहरे किए हों दिवाली के दिन से साढ़े घर अग भी लग गई भाई जी सारा कुछ मच गया जी साढ़े ना पाने भी कपड़े नहीं सके तो फिर पिंड के सहयोग के नाल साडा नंग ढकया कह जिदा कह देंगे आम ही सानू कपड़ा लीड़े दिता पैन बिस्तरा मंजे साडा सारा कुछ फुक गया जी। सत श्री अकाल तुसीं देख रहे हो घैण पंजाबी अज्ज एक बहुत वक्री कहानी वो धी दी दिखावांगी जिहड़ी 5 सालां दी हुंदी है जदों अपनी माँ नूं खो दिंदी आ। भैण होरी इह गल दसदे आ कि जदों मैं अपनी माँ नूं खोता तां मेरे फादर साहब ने दूसरा विआह करा लिया ते फिर मैं घर दे विच इक सांझा परिवार सी मेरे दादा दादी चाचे तायां ने पालिया पर एक धी दीआं रीझां सदरां हुंदीआं ने उह रीझां उत्थे ही दब के रह गईआं। जदों मैनूं कपड़िआं दी लोड़ हुंदी सी तां मैं अपने नानके चले जाणा तां मैनूं नानकिआं ने इकट्ठे सूट दवा देणे ते फिर जदों मैं जवान होण लगी तां मेरा विआह भी मेरे नानके करदे आ ते उह विआह दे विच मेरे फादर साहब नहीं मौजूद होंदे। किवें इक धी अपने प्यो तों माँ तों बिना अपनी जिंदगी बतीत करदी आ ते फिर इक सब तों सोहणा पल उह धी दी जिंदगी दा इह हुंदा कि उह धी जदों विआह करवाउंदी आ तां उहनूं इह हुंदा कि उह आशीर्वाद मेरी माँ मेरा प्यो मैनूं देवे तां मेरी जिंदगी होर सुखाली हो जूगी क्योंकि ये मौके बार बार नहीं आउंदे हुंदे तां ये मौकिआं दे विच माँ प्यो दी लोड़ हमेशा हुंदी आ। पर पिछे की सारी कहानी रही किवें एक माँ प्यो तों बिना ये धी ने जिंदगी कट्टी किवें सारियां रीझां सदरां मार के ते फिर जदों भैण होरां दा विआह हुंदा तां भैण होरी अपने सहुरे परिवार दे विच आउंदे आ। भैण होरी ये गल दसदे आ कि सहुरे परिवार 'च मैनूं बहुत माण सन्मान मिलिया मैनूं कदे ये सहुरे परिवार च आ के अपनी वह माँ वो प्यो वो अपने पेके परिवार की याद नहीं आई। भैण होरी ये गल भी दसदे आ भी मेरा वो पेके परिवार नालों नाता ही टुट गया क्योंकि परिवार दे विच माँ है नहीं कोई भरा भैन है नहीं जिहदे आसरे मैं वो घर दे विच जा सकां पेके भी खत्म हो गए तो फिर किवें सहुरे परिवार दे विच भैण होरां दी जिंदगी बतीत हुंदी आ किड्डा कू धी का सफर रहा होगा ये अज सारी कहानी अज तुहानूं दिखावांगे। मेरे नाल बाई गुरप्रीत ते भैण जसप्रीत कौर होरी मौजूद ने। बाई बहुत बहुत स्वागत है घैण पंजाबी दे। भैणे बहुत बहुत स्वागत है। ठीक हो तुसीं? हाँ जी ठीक हो बाई तुसीं? हाँ जी हाँ जी बहुत। अच्छा सेहतां किवें ने भैणे थोड़ियां? वधिया जी वधिया ने। हाँ जी किवें चलदी है जिंदगी फिर? बहुत वधिया चल रही है। चलो चंगी गल आपणे। अच्छा भैणे पहलां थोड़ी जिंदगी की शुरुआत करदे आ हना परिवार च कौन कौन हुंदा किन्ने तुसी भैन भरा हुंदे हो ते हालात कहे जे हुंदे आ परिवार दे ये जरूर दस दो। ते फैमिली दे विच मम्मी सी पापा सी ते एक मेरी छोटी सिस्टर सी ते जॉइंट फैमिली सी दादा दादी जी चाचे ताईयां उन्हां दे बच्चे आपां सारे रल मिल के रहिंदे सी ते जदों भी सानूं उन्हां छुट्टियां हुंदियां सी मई जून दियां क्योंकि पापा दुबई रहिंदे सी ते छुट्टियां वेले ना आपां मामियां दे चल जाईदा सी छुट्टियां कट्टण ते पापा जी है ना छुट्टी तो आ गए से घर तो असी मामिया के गए हुए सी ते असी ना मामिया के छुट्टियां कट्टन गए सी ते उदों मेरी उम्र 5 साल दी सी ते मामा जी ना सानू छड्डन आ रहे सी स्कूटर ते आ रहे सी मैं अगे खड़ी सी मेरी सिस्टर ते मम्मा है ना पिछे बैठे सी ते रास्ते दे विच ना अचानक ही वो डिग गए ते सिस्टर ते मेरी मम्मी डिग गए जिद्दे ही ना डिगे ना नाले उपरों दी उन्हां दी गड्डी क्रॉस हो गई ते फिर मम्मा ते मेरी सिस्टर उस टाइम ना एक्सपायर हो गए सी उस टाइम उन्होंने मौत हो गई। हाँ जी। अच्छा फिर उस तो बाद भैने परिवार तुसी ते थोड़े फादर साहब ही रहते हैं? हाँ जी। मम्मी दे जाण तो बाद ना परिवार दे विच फिर मैं ते मेरे पापा कल्ले रह गए सी क्योंकि मम्मा दे एक्सपायर होण तो बाद मेरी जिहड़ी लाइफ आ टोटली चेंज हो जाती है ते मैं बहुत ज़्यादा छोटी सी फिर मेरी केयर भी करने वास्ते ना फिर पापा दी सैकेंड मैरिज हो गई सी मैं 5-6 साल दी सी ते इस करके पापा दी सैकेंड मैरिज करती सी। अच्छा फिर कहे जे हालात बनते आ फिर मेरी लाइफ टोटली चेंज हो जाती है क्योंकि जिंदगी दे विच माँ दा होना बहुत जरूरी है। आपां कई गल्लां अपने मदर नाल शेयर कर सकते किसी होर नाल नहीं शेयर कर सकते ते फिर बहुत कुछ देखना पैंदा ना क्योंकि जिन्ना मर्जी किसी का कर लो अपना नहीं बनता क्योंकि अपना खून अपना ही होता कोई किसी के बच्चे नहीं सही तरह रखता। अच्छा फिर वो तरीके नाल उन्होंने सही रखे थोनू?
अच्छा फिर तुसी ये गल भी दस दो एक जिवें थोड़ी गल्लां चों निकले है ना कि एक माँ अपने बच्चे नूं समझ सकदी आ पर कोई पराई औरत जां कोई बेगानी है ना आ जाती है तो वह उन्नी सांभ संभाल नहीं रख सकती। फिर उदों बाद तुसी ये गल भी दस दो कि एक बच्चे नूं हर एक तरह की केयर की भी लोड़ हुंदी है ना उहदियां निक्कियां निक्कियां ज़िद्दां भी हुंदियां ने तो फिर माँ तो बाद जाण तो बाद किवें दा वो एकदम ही सारे हालात बदले तो तुसी दस दो कि नानकियां दे मैं चले जाणा ते जिहड़े शौक सी मेरे वो नानकियां ने पूरे करने कपड़े तक मेरे को नहीं होंदे सी वो मैनूं नानकियां ने लैके देने। हाँ जदों ना मैं पढ़ती हुंदी सी छुट्टियां हुंदियां सी मई जून दियां छुट्टियां हुंदियां सी दो मंथ दियां ते मैं मामियां दे चल जांदी सी जिन्ने भी मैनूं कपड़े जां कोई भी समान चाहीदा हुंदा सी ना सारा कुछ मामा जी हुणे लै जांदे हुंदे सी। मैनूं कोई चीज़ चाहीदी मैं कहना कि मैनूं साइकिल चाहीदा मैं स्कूल जांदी हुंदी सी स्कूल मेरा बहुत दूर सी फिर मैं उहनां नूं कहा सी कि मैनूं साइकिल चाहीदा मामा जी उहनां ने मैनूं साइकिल लैता सी मैं उन्होंने मेरा बहुत साथ दिता क्योंकि उन्होंने मैनू मम्मा एक्सपायर हो गए सी पर उन्होंने मैनू छड्डिया नहीं वो मैनू देखण जरूर आते होंगे सी। चंगी गल है तां कहणे। अच्छा तो फिर वो परिवार च कदे माँ की याद आउंदी सी भी जे माँ हुंदी तां इह कुछ मिल जांदा ते तुसीं दस दिओ भी उन्ना हंगारा माँ वाला तां नहीं मिलिया है ना तुहानूं वो माँ तों ते ना उन्ना प्यार जिहड़ा मिलना सी वो ना बाप तों मिलिया है ते फिर जिंदगी किवें चल रही सी उस वक्त। उस टाइम बहुत ज़्यादा तकलीफ दे विच क्योंकि जो मैं स्टडी करती सी उदों भी मैनू बहुत ज़्यादा प्रॉब्लम हुंदी सी मैं आना फिर मेरे तो घर का काम भी करना हुंदा सी फिर मैं रात नूं जाग जाग के अपने पढ़ती हुंदी सी फिर मैं जो मेरी स्टडी कंप्लीट हो गई फिर मैं इन्ना टाइम घर नहीं रही सी अपने फिर मैं नाल ही जॉब करन लग गई सी फिर मैं 3 साल बाद जॉब कीती सी। अच्छा बचपन च ही तुसी अपने घर दे काम करने शुरू करते सी। हाँ जी। अच्छा फिर उदों कदे माँ की याद आउंदी हुंदी सी ते ओह भैण की याद कट्ठे दो जणिआं दा चलिआ जाणा ओह परिवार चों क्योंकि किसे नाल दुख सुख भी तुसी नहीं वंडा सकदे सी ते फिर ओह जज़्बात किहदे नाल वंडदे सी तुसी। बहुत ज़्यादा चार होंदी सी क्योंकि मैं सोचती सी कि जो मेरी लाइफ हुण चल रही शायद मेरे मम्मा हुंदे जां मेरी सिस्टर हुंदी मेरी लाइफ चेंज हुंदी है ना कि कई वारी चीज़ की जरूरत हुंदी कि मम्मा नूं मैं दसदी कि मैनूं ये चाहिए कि मम्मा मैनूं देख दे पर वो चीज़ां हो नहीं सकियां है ना। नहीं वो नहीं हो सकियां फिर मैनूं बहुत ज़्यादा है ना अकेलापन महसूस हुंदा सी फैमिली दे विच फिर इस करके मैं बाहर ही रहिंदी सी मैं जिद्दी स्टडी कंप्लीट हुई बाहर जॉब करन लग गई। अच्छा फिर तुसी दस दिओ भैणे फिर वो नानकियां नाल नानकियां चों किहड़ा ऐसा शख्स सी जिहदे नाल हर दुख सुख तुसी वंड लैंदी सी उहनूं अपनी माँ ही समझ लैंदी सी। मामी जी मेरे मामा मामी मेरे लिए ना रब का रूप से उन्होंने मेरा बहुत साथ दिता मम्मा एक्सपायर होने तो बाद भी उन्होंने मैनू देखा रिश्ता नहीं तोड़िया साड़ी फैमिली ना बाद विच भी मैनू देखते रहे किसी चीज़ की भी जरूरत होनी मेरे कहने की देर होंगी सी सारिया चीज़ा मामा मामी मैनू लैके देंदे सी। अच्छा अच्छा भैने जदों फिर ये गल भी होंगी है तुसी थोड़े जिहे जवान होंगे हो है ना ये गल्लां बातां होंदियां ने कि हुण कुड़ी दा ब्याह करना गा ਅਤੇ ਵਿਆਹ ਵੇਲੇ ਇੱਕ ਮਾਂ ਦੀ ਸਖ਼ਤ ਲੋੜ ਹੁੰਦੀ ਆ ਹੈ ਨਾ ਅਤੇ ਸਖ਼ਤ ਜ਼ਰੂਰਤ ਹੁੰਦੀ ਹੈ ਫਿਰ ਜਦੋਂ ਜਵਾਨ ਹੁੰਦੇ ਹੋ ਉਦੋਂ ਕਿਵੇਂ ਦੇ ਹਾਲਾਤ ਰਹਿੰਦੇ ਹੈਗੇ। ਕਿਉਂਕਿ ਜਦੋਂ ਮੇਰੀ ਮੈਰਿਜ ਦੀ ਗੱਲ ਹੋਈ ਸੀ ਉਦੋਂ ਵੀ ਫੈਮਿਲੀ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਨਾ ਖਰਚੇ ਦੇ ਰਿਲੇਟਡ ਸਾਰਾ ਕੁਛ ਮੇਰੇ ਮਾਮਾ ਮਾਮੀ ਜੀ ਨੇ ਕੀਤਾ ਸੀ ਜਿੰਨਾ ਵੀ ਟੋਟਲੀ ਖਰਚਾ ਹੋਇਆ ਸੀ ਕਈ ਇੱਥੋਂ ਤੱਕ ਕਿ ਰਿਸ਼ਤੇਦਾਰ ਉਹਨਾਂ ਨੂੰ ਬੋਲ ਵੀ ਰਹੇ ਸੀ ਕਿ ਕੁੜੀ 'ਤੇ ਇੰਨਾ ਖਰਚਾ ਕਰ ਰਹੇ ਹੋ ਤੁਸੀਂ ਇਹ ਕਰ ਰਹੇ ਹੋ ਪੈਲਸ ਬੁੱਕ ਕਰਤਾ ਕਾਹਤੋਂ ਕੀਤਾ ਸਾਨੂੰ ਪੁੱਛ ਲਾ ਨੇ ਫਿਰ ਵੀ ਉਹਨਾਂ ਨੇ ਕਿਸੇ ਦੀਆਂ ਨਹੀਂ ਗੱਲਾਂ ਸੁਣੀਆਂ ਅਤੇ ਉਹਨਾਂ ਨੇ ਸਾਰਾ ਕੁਛ ਆਪਣੇ ਹੱਥੀਂ ਕੀਤਾ। ਫਿਰ ਜਦੋਂ ਮੈਰਿਜ ਹੋਈ ਸੀ ਫਿਰ ਪਾਪਾ ਨਹੀਂ ਮੇਰੇ ਆਏ ਸੀ ਮਾਮਾ ਜੀ ਉਹਨਾਂ ਨੇ ਸਾਰਾ ਖਰਚਾ ਕੀਤਾ ਸੀ ਪਰ ਪਾਪਾ ਮੰਮੀ ਨਹੀਂ ਆਏ ਸੀ ਮੇਰੇ। अच्छा तुसी ये गल भी दसदे हो कि थोड़े मामे ने यह कहता सी भी खर्चा तो असी सारा करता तुसी सिर्फ एक बार आशीर्वाद देण आ जाओ वो की गल सी भैणे। क्योंकि सारा खर्चा सारा कुछ मेरे मामा जी उन्होंने आप किया सी ते उन्होंने फादर नूं कहा भी सी कि असी सारा कुछ करता बस तुसी आशीर्वाद देनी आ जाओ ना ते फिर पापा नहीं आए सी बाकी साड़ी सारी फैमिली आई सी जेड़े मेरे स्टेप मदर सी उन्होंने आन नहीं दिता सी पापा दी भी मजबूरी सी उन्होंने अपनी फैमिली नूं देखे इस करके नहीं आए। अच्छा ये गल हुंदी है भैणे है ना पहला माँ विछड़ गई फिर कट्ठियां मावां ते धीआं थोड़ियां भैणां है ना भैण ते माँ गुजर गई फिर उस तो बाद एक विआह वेले एक सख्त लोड़ हुंदी है ना एक धी नूं वो मौका वार वार ना आउंदा हुंदा है ना ते एक आशीर्वाद माँ प्यो ने ही देना हुंदा ਤੁਸੀਂ ਦੱਸ ਦਿਓ ਮਾਂ ਤਾਂ ਪਹਿਲਾਂ ਹੀ ਇਹ ਦੁਨੀਆ ਤੋਂ ਚਲੀ ਗਈ ਅਤੇ ਪਿਓ ਦੀ ਆਸ ਸੀ ਅਤੇ ਪਿਓ ਵੀ ਉਹ ਵਿਆਹ 'ਤੇ ਨਹੀਂ ਸ਼ਾਮਿਲ ਹੋਇਆ।
हाँ जी पापा नहीं आए सी मेरे। फिर वो चीज़ का पछतावा रहिंदा गा अज भी दिल दे विच? हाँ जी इस गल का तो है कि जे मेरे मम्मा होंदे ते ये दिन नहीं मैनू देखना पैना सी, फिर मेरे पापा भी मेरी मैरिज ते होंदे सारा कुछ करते। फिर उस तो बाद कहे जे हालात रहिंदे जदों तुसी ए सहुरे परिवार च आ जांदे हो? मेरी मैरिज तो बाद ना टोटली लाइफ चेंज हो गई, क्योंकि पहला मैनू जो प्यार नहीं मिले, जो मैं तकलीफा सहन कर रही सी, बाद विच हौली हौली सारा कुछ हल्का हो गया, क्योंकि जिंदगी दे विच लाइफ पार्टनर सही होना बहुत ज़्यादा जरूरी है ना। तो सारी गल्लां फिर मैं ना शेयर करती सी, मम्मा भी बहुत ज़्यादा वधिया ना, सारे जाने मेरी वधिया केयर करते। अच्छा जिहड़ा बचपन च तुहानूं प्यार नहीं मिलिया माँ दा प्यो दा, फिर इत्थे आके ये डर लगता सीगा कि जिहड़े हालातों चों निकलियां मुड़ वह हालातों च ना चली जावां, जां वह अगला परिवार कहे जा होगा? थोड़ा थोड़ा तो लगता सी, क्योंकि बाद विच तां जदों मैं फैमिली दे विच आई सारिआं ने एक्सैप्ट कीता, बहुत प्यार मिलिया, सारे जणे वधिया रहिंदे सी, पर एक डर शुरू च हैगा सी। हाँ जी शुरू च तां सी। अच्छा फिर इत्थे आके तुहानूं माँ दा वह प्यो दा प्यार मिलिया ये परिवार च आके? हाँ जी मिलिया, बहुत ज़्यादा केयर करते सी, मम्मा समझते सी मैनूं, उन्होंने कभी भी मैनूं बोलिया नहीं है ना, कभी भी मैनूं उच्ची आवाज़ च नहीं बोले तू इंदा करती इंदा करती है। अच्छा फिर ये माँ ने थोनों कोई यह जी गल कही हो जी अज भी याद हो लगे हो जी मेरी माँ होंगी शायद वह भी यही करती जिमें यही मेरी सस ने करे, कद कोई यह जी गल करी हो यह थोड़ू कुछ आख्या हो तेरी माँ नहीं तेरी माँ है माँ तू मैनू अज तो बाद समझी कद विह तो बाद यह जी गल हुई हो भैने? हाँ जी मम्मा ने कहा कि जो तेन किसी भी चीज़ की जरूरत होगी तू है ना डरना नहीं हैगा, जो भी है दसना मैनू। तो मैं पढ़ना चाहती सी क्योंकि मैं स्टडी करना चाहती सी कि मैं अपने पैरों पर खड़ी हो सकाँ इंडिपेंडेंट बना, तो फिर उन्होंने कभी भी किसी चीज़ तो रोकिया नहीं, मैनू सपोर्ट ही की। सस माँ बन पाई? हाँ जी। अच्छा भाई जिमें इन्होंने थोड़ा पहला दसिया होगा कि मेरी माँ नहीं प्यो का प्यार भी मिलया है नहीं गा, तो फिर तुसी ये दिमाग च की सोचिया इन्ह के घर के आन तो पहला अपने परिवार नाल कोई गल करदे हो? ऐसी भी उहदी माँ भी नहीं प्यो भी नहीं उहदी भैण भैण की मौत हो चुकी है, भी पिके परिवार चे कोई है नहीं गा, भी आपां एक उहनू ये महसूस करवाउणा भी उहदा अपना ही घर आ उहदे तुसी अपने ही माँ प्यो बन के दिखाउणा? मैं भाई सारी गल्लां पहले क्लीयर करतीं सी भी हाँ भी उन्होंने माता नहीं है, सिस्टर भी एक्सपायर हो गई थी इदा का हादसा होया, मैं सारी गल्लां क्लीयर करतीं सी, वह कहिंदे कोई गल नहीं, सारे ने एक्सैप्ट कर लिया सीगा, फोन फान ते गल हो गई सी सारी, तो उस तो बाद चलो एक दूजे नाल मामा मामी उन्होंने गल्लां हुई जब हौली हौली बस रिश्ता पक्का ही हो गया साडा। अच्छा फिर इतने अपनी माता जी ने समझाता सी अक्सर नूह नूह सस्ती है ना अणबण हो जाती है, तो फिर माता को समझाता सी कि यह जहाँ कुछ नहीं होना चाहिए है ना, अपने उन्हें कदे ये महसूस नहीं होने देना कि उसकी माँ है नहीं गी जो प्यो है नहीं गा, जो ये परिवार प्यार तो वांझी रखा जाए। भाई समझाने की जरूरत ही नहीं पी है कि माँ बाप पहले ही साढ़े चंगे ने गे। अच्छा अच्छा भैने तुसी ब्याह के इत्थे आ गए वो परिवार च जिवें मैं शुरुआत आउंदे सारे ये गल की सी कि भैने एक पेके नाल जिहड़ा रिश्ता हुंदा है ना चाहे धी ब्याही जाए उन्हूं मुड़ के ये आस हुंदी है कि मैं अपने पेके परिवार च शगना त्यौहारां ते जावां है ना, फिर जदों इहो जिहे मौके आउंदे होणगे तां फिर उदों मन नूं किवें समझाउणे होगे, उदों जाण नूं जी करदा हुंदा क्योंकि उह पेके परिवार च हुण तां कोई रही है नहीं गा जिहनूं तुसीं अपना मन के उत्थे जा सको? हाँ जी जाण नूं तां दिल करदा हुंदा, फिर काश जो मेरे मम्मा होंगे तो ये मेरी कंडीशन होंगी फिर मैं भी जानी, तो वैसे ना मामा जी मामी बहुत ज़्यादा चंगे आ, मैं उन्होंने तो चल जानी, उन्हें सारा कुछ उ देखते हैं मैनू। अच्छा तुसी अपने नानके ही अपना पेका परिवार बना रहे? हाँ जी उ क्योंकि मैं उत्थे ही जानी हाँ उ मैं देखते हैं उन्हों का व्यवहार वधिया मेरे वास्ते। अच्छा कद यही गल आपके मामे मामे आखते होंगे कि थोड़ा रिश्ता मेरी माँ नाल सी है ना कि वह माँ चली गई पर तुसी ये रिश्ता अज भी निभा रहे हो तो अज भी वह अपनी धी वाला रिश्ता मेरे नाल निभा रहे हो, ये गल करते होंगे कदे? क्योंकि मैं कहने की जरूरत नहीं पी, वो मेरा इन्ना ज़्यादा करते ना अपनी बेटी वगू, जो कोई भी इन्हें फंक्शन हों कोई भी काम हों और एक काम च मैं अगे रख दे अपनी धी वगू ही दे, कोई भी चीज़ लैनी हो मामा जी ने मामी वास्ते वो मेरे वास्ते उन्होंने पहले ही लैके रखी होंगी आऊगी इन ये चीज़ देनी है। अच्छा नहीं अजकल यह जे रिश्ते रहे नहीं है ना भैने आपकी धी तक के रिश्ते सीमित होंगे उस तो बाद धी तुर जे तो नानकियां की बहुत घट्ट रही है ना वो सारे परिवार नाल
ਇੱਦਾਂ ਦਾ ਤਾਂ ਕੁਛ ਨਹੀਂ, ਪਰ ਜੇ ਮੇਰੇ ਲਈ ਹੈ ਨਾ ਉਹਨਾਂ ਨੇ ਬਹੁਤ ਕੁਛ ਕੀਤਾ। ਮੰਮਾ ਦੇ ਐਕਸਪਾਇਰ ਹੋਣ ਤੋਂ ਬਾਅਦ ਮੈਨੂੰ ਛੱਡਿਆ ਨਹੀਂ ਉਹਨਾਂ ਨੇ, ਦੇਖਿਆ ਇੱਥੋਂ ਤੱਕ ਕਿ ਮੇਰੀ ਮੈਰਿਜ ਵੀ ਕੀਤੀ, ਹੁਣ ਵੀ ਸਾਰਾ ਕੁਛ ਦੇਖਦੇ ਉਹਨਾਂ ਨੇ, ਕਦੀ ਕੋਈ ਮੇਰੇ ਨਾਲ ਫਰਕ ਨਹੀਂ ਕੀਤਾ। ਅੱਛਾ, ਨਾਨਕੇ ਜਿਹੜੀ ਮਾਂ ਵਾਲੇ ਫਰਜ਼ ਨੇ ਸਾਰੇ ਨਾਨਕੇ ਨਿਭਾ ਰਹੇ ਹੋ? ਹਾਂਜੀ, ਮੇਰੇ ਮਾਮਾ ਮਾਮੀ ਨਾਨਾ ਨਾਨੀ ਜੀ ਸਾਰਾ ਕੁਛ ਹੀ ਕਰਦੇ ਆ। ਅੱਛਾ ਬਾਈ, ਜਿਵੇਂ ਭੈਣ ਹੋਰਾਂ ਨੇ ਦੱਸਿਆ ਕਿ ਇਹਨਾਂ ਦਾ ਵਿਆਹ ਹੁੰਦਾ ਗਾ, ਵਿਆਹ 'ਤੇ ਸਾਰੇ ਆਉਂਦੇ ਆ, ਪਰ ਇਹਨਾਂ ਦੀ ਮਾਂ ਜਿਹੜੀ ਮਤਰੇਈ ਹੁੰਦੀ ਆ ਉਹ ਅਤੇ ਇਹਨਾਂ ਦੇ ਪਿਤਾ ਜੀ ਉਹ ਵਿਆਹ 'ਤੇ ਨਹੀਂ ਆਉਂਦੇ, ਅਤੇ ਇਹਨਾਂ ਦਾ ਸਾਰਾ ਖਰਚਾ ਵਿਆਹ ਦਾ ਇਹਨਾਂ ਦੇ ਭਾਵੇਂ ਮਾਮਾ ਮਾਮੀ ਕਰਦੇ ਆ। ਮਾਮਾ ਮਾਮੀ ਇਹ ਵੀ ਕਹਿ ਦਿੰਦੇ ਆ ਵੀ ਅਸੀਂ ਭਾਈ ਪੈਸੇ ਸਾਰੇ ਲਾ 'ਤੇ, ਬਸ ਤੁਸੀਂ ਇਕੱਲਾ ਆਪਣੀ ਧੀ ਨੂੰ ਆਸ਼ੀਰਵਾਦ ਦੇਣ ਆ ਜਿਓ, ਪਰ ਉੱਥੇ ਉਹ ਮਾਂ ਪਿਓ ਜਿਹੜੇ ਹੁੰਦੇ ਆ ਉਹ ਵੀ ਨਹੀਂ ਆਉਂਦੇ। ਹਾਂਜੀ, ਕਿਉਂਕਿ ਸਾਰਾ ਅਰੇਂਜ ਤਾਂ ਮਾਮਾ ਮਾਮੀ ਨੇ ਕੀਤਾ ਸੀਗਾ, ਅਤੇ ਇੱਕ ਇਹਨਾਂ ਦੇ ਚਾਚਾ ਜੀ ਹਿਮਾਚਲ ਰਹਿੰਦੇ ਸੀ, ਉਹ ਹਿਮਾਚਲ 'ਚੋਂ ਆਏ ਸੀਗੇ ਸਪੈਸ਼ਲੀ ਸਕੂਟਰੀ 'ਤੇ ਆਏ ਉਹ ਚਾਚਾ ਚਾਚੀ ਦੋਨੇ ਜਾਣੇ, ਅਤੇ ਡੈਡੀ ਨਹੀਂ ਆਉਂਦੇ ਇਹਨਾਂ ਦੇ। ਉਹਨਾਂ ਦੀ ਕੋਈ ਆਪਦੀ ਘਰ ਦੀ ਮਜਬੂਰੀ ਸੀ, ਕਿਉਂਕਿ ਇਹਨਾਂ ਦੇ ਸਟੈਪ ਮਾਦਰ ਸੀਗੇ, ਉਹਨਾਂ ਨੇ ਰੋਕਿਆ, ਕਿਉਂਕਿ ਤੁਹਾਨੂੰ ਪਤਾ ਹੀ ਹੈ ਇਹਨਾਂ ਦੇ ਪਹਿਲਾਂ ਵੀ ਇਹਨਾਂ ਦੇ ਮਾਤਾ ਐਕਸਪਾਇਰ ਹੋ ਗਏ ਸੀਗੇ ਨਾ, ਅਤੇ ਇਹਨਾਂ ਨੂੰ ਮਾਂ ਦਾ ਪਿਆਰ ਨਹੀਂ ਮਿਲਿਆ, ਉਹਨਾਂ ਨੇ ਮਾਂ ਆਪਦੀ ਧੀ ਸਮਝੇ ਨਹੀਂ, ਕਿਉਂਕਿ ਉਹਨਾਂ ਦੇ ਆਪਦੇ ਵੀ ਦੋ ਬੱਚੇ ਸੀਗੇ। ਮਤੇਰੀ ਮਾਂ ਕਦੇ ਵੀ ਬਗਾਨੀ ਧੀ ਨੂੰ ਆਪਦੀ ਧੀ ਨਹੀਂ ਬਣਾਉਂਦੀ ਹੁੰਦੀ, ਕਿਉਂਕਿ ਆਪਦਾ ਖੂਨ ਆਪਦਾ ਹੀ ਹੁੰਦਾ ਗਾ, ਅਤੇ ਇਸ ਕਰਕੇ ਫਿਰ ਇਹਨਾਂ ਦੀ ਮਾਂ ਨੇ ਆਉਣ ਨਹੀਂ ਦਿੱਤਾ ਹੈਗਾ ਡੈਡੀ ਨੂੰ। ਅਤੇ ਡੈਡੀ ਦਾ ਦਿਲ ਤਾਂ ਕਰਦਾ ਸੀ, ਕਿਉਂਕਿ ਡੈਡੀ ਪਹਿਲਾਂ ਕਹਿੰਦੇ ਸੀ ਆਵਾਂਗੇ, ਗੱਲਬਾਤ ਹੋਈ ਆ, ਡੈਡੀ ਨੇ ਆਉਣਾ ਸੀ, ਅਤੇ ਪਰ ਐਨ ਮੌਕੇ 'ਤੇ ਕੋਈ ਘਰ ਦੇ ਵਿੱਚ ਗੱਲਬਾਤ ਹੋਈ ਹੋਣੀ ਆ, ਤਾਂ ਫਿਰ ਉਹਨਾਂ ਨੇ ਆਪਦਾ ਘਰ ਦੇਖਿਆ, ਵਿਆਹ 'ਤੇ ਨਹੀਂ ਆਏ। ਚਲੋ, ਆਪਾਂ ਨੂੰ ਉਸ ਗੱਲ ਦਾ ਗੁੱਸਾ ਨਹੀਂ, ਕਿਉਂਕਿ ਹਰੇਕ ਆਪਦੇ ਜਗ੍ਹਾ ਸਹੀ ਹੁੰਦਾ ਗਾ, ਕਿਉਂਕਿ ਪਿੱਛੇ ਉਹਨਾਂ ਦੇ ਵੀ ਦੋ ਬੱਚੇ ਸੀਗੇ, ਉਹ ਵੀ ਦੇਖੇ ਉਹਨਾਂ ਨੇ, ਕੀ ਪਤਾ ਘਰ ਦੇ ਵਿੱਚ ਕਿਹੜੀ ਗੱਲ ਹੋਈ ਹੋਣੀ ਉਹਨਾਂ ਦੀ। ਅੱਛਾ, ਫਿਰ ਇਹ ਚੀਜ਼ ਨੂੰ ਇਹ ਅੱਜ ਵੀ ਤਰਸਦੇ ਆ ਕਿ ਉਹ ਮੌਕਾ ਹੁੰਦਾ ਇੱਕ ਧੀ ਲਈ, ਜਿਵੇਂ ਮੈਂ ਪਹਿਲਾਂ ਸਵਾਲ ਕੀਤਾ ਕਿ ਮੇਰਾ ਪਿਓ ਆਊਗਾ, ਮਾਂ ਤਾਂ ਹੈ ਨਹੀਂ ਗਈ, ਇੱਕ ਦੁਨੀਆ 'ਤੇ ਇੱਕ ਪਿਓ ਹੀ ਆ, ਹੈ ਨਾ, ਜਿਹੜਾ ਮੈਨੂੰ ਆਸ਼ੀਰਵਾਦ ਦੇਣ ਆਊ ਮੇਰੇ ਵਿਆਹ 'ਤੇ, ਪਰ ਉਦੋਂ ਆਸ ਚੂਰ ਚੂਰ ਹੋ ਜਾਂਦੀ ਹੈ ਜਦੋਂ ਉਹ ਵਿਆਹ 'ਤੇ ਪਿਓ ਵੀ ਨਹੀਂ ਆਉਂਦਾ। ਹਾਂਜੀ, ਉਹ ਤਾਂ ਹੈ, ਕੋਈ ਵੀ ਧੀ ਆਪਦੇ ਪਿਓ ਦਾ ਆਸਰਾ ਤਾਂ ਤੱਕਦੀ ਆ, ਕਿਉਂਕਿ ਇੱਕੋ ਹੀ ਤਾਂ ਚਾਹ ਹੁੰਦਾ ਜਾਂਦੀ ਵਾਰ ਦਾ ਆਸ਼ੀਰਵਾਦ ਨਾ ਮਿਲੇ ਧੀ ਨੂੰ, ਉਹ ਸਾਰੀ ਉਮਰ ਘਾਟ ਰਟਕਦੀ ਤਾਂ ਰਹਿੰਦੀ ਆ। ਇਹ ਗੱਲ ਕਰਦੇ ਹੁੰਦੇ ਤੁਹਾਡੇ ਨਾਲ ਅੱਜ ਵੀ ਕਿ ਉਹ ਮੌਕਾ ਕਿੰਨਾ ਸੋਹਣਾ ਹੋਣਾ ਸੀ ਜੀ, ਮੇਰਾ ਪਿਓ ਉਹ ਵਿਆਹ 'ਤੇ ਆ ਜਾਂਦਾ ਮੈਨੂੰ ਆਸ਼ੀਰਵਾਦ ਦੇ ਜਾਂਦਾ? ਕਦੇ ਕਦੇ ਜਦੋਂ ਚੇਤਾ ਆਉਂਦਾ ਤਾਂ ਫਿਰ ਤਾਂ ਕਰਦੀ ਹੈ ਭਾਜੀ, ਪਰ ਉੱਦਾਂ ਹਰ ਆਲ ਟਾਈਮ ਅਸੀਂ ਖੁਸ਼ ਹੀ ਰਹਿਣ ਦੀ ਕੋਸ਼ਿਸ਼ ਕਰਦੇ ਹਾਂਗੇ, ਸੈਡ ਬਹੁਤ ਘੱਟ ਹੁੰਦੇ ਹੈਗੇ। ਅੱਛਾ ਭਾਈ, ਇੱਕ ਇਹ ਗੱਲ ਮੈਨੂੰ ਦੱਸਿਓ ਕਿ ਤੁਹਾਡਾ ਵਿਆਹ ਸਿਰਫ 23 ਸਾਲ ਦੀ ਉਮਰ 'ਚ ਹੀ ਦੋਨਾਂ ਜਾਣਿਆਂ ਦਾ ਹੋ ਜਾਂਦਾ, ਵਿਆਹ ਤੁਸੀਂ ਕਹਿ ਰਹੇ ਹੋ ਛੇਤੀ ਕਰਾਉਣ ਦਾ ਕਾਰਨ ਬਹੁਤ ਅਹਿਮ ਰਿਹਾ, ਨਹੀਂ ਸਾਡਾ ਵਿਆਹ ਬਹੁਤ ਅਸੀਂ ਦੇਰੀ ਨਾਲ ਕਰਾਉਣਾ ਸੀ, ਪਰ ਵਿਆਹ ਵੀ 23 ਸਾਲ ਦੀ ਉਮਰ 'ਚ ਹੀ ਹੋ ਗਿਆ ਸੀ ਤੁਹਾਡਾ? ਭਾਜੀ, ਉਹ ਲੋਕਡਾਊਨ ਦੇ ਵਿੱਚ ਨਾ, ਤੁਹਾਨੂੰ ਪਤਾ ਲੋਕਡਾਊਨ ਦੇ ਵਿੱਚ ਸਾਰਿਆਂ ਦੇ ਕੰਮ ਠੱਪ ਹੋ ਗਏ ਸੀ, ਇਹ ਵੀ ਮੋਹਾਲੀ ਜੋਬ ਕਰਦੇ ਸੀਗੇ ਹੋਸਪਿਟਲ ਦੇ ਵਿੱਚ, ਅਤੇ ਉੱਥੇ ਵੀ ਕੰਮ ਬੰਦ ਹੋ ਗਿਆ ਸੀ, ਅਤੇ ਇਹ ਲੋਕਡਾਊਨ ਦੇ ਵਿੱਚ ਘਰ ਚੱਲ ਗਏ ਸੀਗੇ, ਅਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਮਤੇਰੀ ਮਤੇਰੀ ਹੁੰਦੀ ਆ, ਅਤੇ ਇਹਨਾਂ ਨੂੰ ਜਦ ਘਰ ਚੱਲ ਗਏ ਰੋਟੀ ਪਾਣੀ ਦਾ ਬਹੁਤ ਔਖਾ ਹੋ ਗਿਆ ਸੀ, ਖਾਣ ਨੂੰ ਰੋਟੀ ਨਹੀਂ ਮਿਲਦੀ ਸੀਗੀ, ਪਾਣੀ ਫਰਿੱਜ 'ਚ ਉਹ ਨਹੀਂ ਚੱਕਣ ਦਿੰਦੇ ਸੀਗੇ, ਅਤੇ ਫਿਰ ਜਿਹੜੇ ਇਹਨਾਂ ਦੇ ਚਾਚਾ ਤਾਇਆ ਤਾਈ ਸੀਗੇ ਉਹ ਆਪਦੇ ਕਣੀ ਬੁਲਾ ਕੇ ਇਹਨਾਂ ਨੂੰ ਰੋਟੀ ਖਵਾਉਂਦੇ ਸੀਗੇ। ਅੱਛਾ, ਰੋਟੀ ਵੀ ਖਾਣ ਨੂੰ ਨਹੀਂ ਦਿੰਦੇ ਸੀ? ਬਹੁਤ ਤੰਗ ਕੀਤਾ ਜਾਂਦਾ ਸੀਗਾ, ਅਤੇ ਫਿਰ ਇਹਨਾਂ ਚਾਚਾ ਤਾਈ ਨੇ ਫੋਨ ਕੀਤਾ ਨਾਨਕੇ ਮਾਮਿਆਂ ਦੇ ਘਰ, ਮਾਮੇ ਉਹਨਾਂ ਨੂੰ ਵੀ ਕੁੜੀ ਨੂੰ ਲੈ ਜਾਓ, ਕੁੜੀ ਤੰਗ ਬਹੁਤ ਆ, ਅਤੇ ਫਿਰ ਉਹ ਘਰੋਂ ਲੈ ਕੇ ਗਏ ਆ ਕੇ ਬਹਾਨੇ ਨਾਲ। ਅਤੇ ਜਦੋਂ ਮਾਮਾ ਜੀ ਉਹਨੇ ਮੈਨੂੰ ਲੈਣ ਆਏ ਸੀ ਨਾ, ਜਿਹੜੇ ਮੇਰੇ ਦਾਦੀ ਸੀ ਉਹਨਾਂ ਨੇ ਕਹਿਤਾ ਸੀ ਕਿ ਹੈ ਨਾ ਕਿ ਇਹ ਬਹੁਤ ਤੰਗ ਆ, ਤੁਸੀਂ ਇਹਦੀ ਮੈਰਿਜ ਕਰ ਦਿਓ, ਫਿਰ ਇਸ ਕਰਕੇ ਸਾਰਾ ਕੁਛ ਮਾਮਾ ਜੀ ਉਹਨਾਂ ਨੇ ਕੀਤਾ ਸੀ। ਅੱਛਾ ਬਈ, ਕਦੇ ਤੁਹਾਨੂੰ ਬਚਪਨ ਦੇ ਕਿਸੇ ਵੀ ਆਪਦੇ ਦੱਸਦੇ ਹੁੰਦੇ ਆ ਕਿ ਇੱਕ ਮਾਂ ਤੋਂ ਬਿਨਾਂ ਮੈਂ ਕਿਵੇਂ ਪਲੀ, ਕਿਵੇਂ ਰਹੀ, ਜਦੋਂ ਦੂਸਰੀ ਮਾਂ ਆਈ ਤਾਂ ਕੀ ਹੋਇਆ, ਕਹੇ ਕਹੇ ਜੇ ਮੈਂ ਇੱਕ ਖੂੰਜੇ 'ਚ ਲੱਗ ਕੇ ਉਹ ਆਪਦੀ ਜ਼ਿੰਦਗੀ ਹੰਢਾਈ? ਹਾਂਜੀ, ਦੱਸਦੇ ਹੁੰਦੇ ਆ, ਜਿੱਦਾਂ ਕਿ ਮੈਂ ਹੁਣ ਜਾਂਦਾ ਹੀ ਉੱਧਰ ਸਹੁਰੇ ਪਰਿਵਾਰ ਆਪਦੇ ਚਾਚੇ ਤਾਇਆਂ ਦੇ, ਅਤੇ ਉਹ ਦੱਸ ਦਿੰਦੇ ਆ ਵੀ ਜਦੋਂ ਛੋਟੀ ਹੁੰਦੀ ਸੀ ਮਾਂ ਦੇ ਜਾਣ ਤੋਂ ਬਾਅਦ ਇਹਨਾਂ ਨੇ ਇਕੱਲੇ ਰਹਿਣਾ, ਬਾਕੀ ਸਾਰੇ ਬੱਚੇ ਖੇਡਦੇ ਰਹਿੰਦੇ, ਇਹਨਾਂ ਨੇ ਉਹਨਾਂ ਦੇ ਵਿੱਚ ਨਹੀਂ ਆਉਣਾ, ਇੱਕ ਪਾਸੇ ਖੂੰਜੇ ਲੱਗ ਕੇ ਬੈਠ ਕੇ ਇਕੱਲੇ ਬੈਠੇ ਰਹਿਣਾ, ਕਿਸੇ ਨਾਲ ਨਹੀਂ ਖੇਲਣਾ ਕੁੱਦਣਾ। ਹੁਣ ਵੀ ਇਹਨਾਂ ਨੂੰ ਇੰਨਾ ਚਾਅ ਨਹੀਂ ਹੈਗਾ ਖੇਲਣ ਕੁੱਦਣ ਦਾ, ਨੋਰਮਲੀ ਜਿੱਦਾਂ ਹੁੰਦੇ ਉੱਦਾਂ ਹੀ ਨੇ, ਛੋਟੇ ਹੁੰਦੇ ਵੀ ਇੱਦਾਂ ਇਹਨਾਂ ਦੇ ਤਾਇਆ ਜੀ ਨੇ, ਵੱਡੇ ਤਾਇਆ ਜੀ, ਉਹਨਾਂ ਨੂੰ ਡੈਡੀ ਕਹਿੰਦੇ ਹੈਗੇ, ਅਤੇ ਉਹਨਾਂ ਨੇ ਇਹਨਾਂ ਨੂੰ ਧੱਕੇ ਨਾਲ ਖਿਲਾਉਣਾ, ਡਰਾਉਣਾ, ਧਮਕਾਉਣਾ ਵੀ ਚੱਲ ਤੂੰ ਖੇਲ ਆਏ, ਡਰਾ ਕੇ ਬੱਚੇ ਨੂੰ ਖੜਾ ਨਹੀਂ ਹੁੰਦਾ ਵੀ ਤੈਨੂੰ ਐਂ ਹੋ ਜਾਣਾ ਫਲਾਨ, ਤਾਂ ਉੱਦਾਂ ਖਿਲਾਉਣਾ ਨਹੀਂ, ਇਹ ਖੇਡਦੇ ਕੁੱਦਦੇ ਜੀ ਬਿਲਕੁਲ ਵੀ ਨਹੀਂ ਸੀਗੇ। ਅੱਛਾ, ਇਹਨਾਂ ਨੇ ਕਦੇ ਦੱਸਿਆ ਕਿ ਮਾਂ ਦੇ ਆਉਣ ਤੋਂ ਬਾਅਦ ਜਿਹੜੀ ਇਹ ਆਸ ਦੇ ਨਾਲ ਵਿਆਹ ਕਰਾਇਆ ਕਿ ਮਾਂ ਦਾ ਪਿਆਰ ਮਿਲੂਗਾ, ਵੀ ਉਹ ਮਾਂ ਦਾ ਪਿਆਰ ਮੈਨੂੰ ਨਹੀਂ ਮਿਲਿਆ, ਉਹ ਪਿਆਰ ਤੋਂ ਮੈਂ ਵਾਂਝੀ ਰਹੀ, ਅਤੇ ਵਿਤਕਰੇਬਾਜ਼ੀ ਮੇਰੇ ਨਾਲ ਉੱਥੇ ਹੋਈ, ਇਹ ਗੱਲਾਂ ਹੋਈਆਂ ਕੁਛ? ਹਾਂਜੀ, ਸਾਰੀਆਂ ਗੱਲਾਂ ਸ਼ੇਅਰ ਕੀਤੀਆਂ ਨੇ, ਕਹਿੰਦੇ ਵੀ ਜਦੋਂ ਮੈਂ ਛੋਟੀ ਸੀਗੀ ਸਕੂਲ ਵੀ ਜਾਣਾ, ਸਕੂਲੋਂ ਆ ਕੇ ਘਰ ਦੇ ਸਾਰੇ ਕੰਮ ਨਾਲ ਕਰਾਉਣੇ, ਮੈਂ ਮੈਨੂੰ ਪੜ੍ਹਨ ਵੀ ਨਹੀਂ ਦਿੱਤਾ ਜਾਂਦਾ ਦੀ, ਰਾਤ ਨੂੰ ਪਹਿਲਾਂ 8-9 ਵਜੇ ਤੱਕ ਮੈਂ ਘਰ ਦੇ ਕੰਮ
मतलब जे खुद की माँ होंगी तो मेरे सामने इन्हों के हालात ना होंगे अज की घड़ी जेडे हालातों के गुजरे ने। अच्छा भीर ये जरूर दस्यो कि एक मुंडे की रीझ हमेशा होंगी आ कि मैं सहुरे जावा है ना मेरे सहुरे मेरी इज्जत माण कर एक बंदे दे सुपना तो होंगे है ना जे कोई विहया जाता तो वह होंगे भी मेरे सहुरे परिवार से यह होगा यह जे चंगा माहौल होगा कदे थोड़ा जी नहीं करता क्योंकि थोड़े सहुरे परिवार से तो ना माँ है ना ना सस है ना कोई साला साली है ना ना कोई फादर साहब ने वह भी बगाने हो गए तो कदे वह जी नहीं करे है भाई आप मामे दे जाइदा गा मेरे तो हुण उही सहुरे ने जिन्होंने सारा कुछ किया ना क्योंकि उन्होंने कदे सानू फील ही नहीं होने दिता भी तुसीं नानके घरे आए होंगे मैं इन्ना मतलब चावान नाल जांदियां नू रखदे ने सानू कोई चीज़ की कमी नहीं कोई काम करना जां कोई समान मतलब घर वास्ते लैके आना जां कोई होर फंक्शन वगैरह सब तो मूहरे किते हुंने असी। अच्छा जी कोई हुण दिवाली आउणी आ कोई होर त्यौहार आउंदा ਸੌਣ ਆਉਂਦਾ ਹੈ ਨਾ ਧੀਆਂ ਆਉਂਦੀਆਂ ਹਾਂਜੀ ਫਿਰ ਜਿਹੜੇ ਉਹ ਸ਼ਗਨ ਹੁੰਦੇ ਆ ਇੱਕ ਮਾਂ ਪਿਓ ਤੋਂ ਇਹ ਆਸ ਹੁੰਦੀ ਹੈ ਕਿ ਸੁਧਾਰਾ ਲੈ ਕੇ ਆਉਣਗੇ ਇੱਕ ਧੀ ਦਾ ਫਿਰ ਉਹ ਸ਼ਗਨ ਬਾਈ ਕੌਣ ਕਰਦਾ ਮਾਮਾ ਮਾਮੀ ਕਰਦੇ ਨੇ ਜੀ ਵੱਡੇ ਮਾਮਾ ਮਾਮੀ ਨੇ ਜਿਹੜੇ ਜਿਨ੍ਹਾਂ ਨੇ ਸਾਡਾ ਕੀਤਾ ਨਾ ਉਹੀ ਕਰਦੇ ਹੈਗੇ। ਅੱਛਾ ਉਦੋਂ ਕਦੇ ਆਸ ਹੁੰਦੀ ਆ ਕਿ ਜੇ ਮੇਰੀ ਮਾਂ ਹੁੰਦੀ ਜਾਂ ਮੇਰਾ ਪਿਓ ਹੁੰਦਾ ਤਾਂ ਉਹ ਮੇਰੇ ਲਈ ਸੁਧਾਰਾ ਲੈ ਕੇ ਆਉਂਦਾ ਜੇ ਕੋਈ ਤਿਉਹਾਰ ਆ ਤਾਂ ਮੇਰੇ ਲਈ ਆਉਂਦਾ। ਹਾਂਜੀ ਹੁੰਦੀ ਤਾਂ ਨਹੀਂ ਕਿਉਂਕਿ ਮਾਮਾ ਮਾਮੀ ਇੰਨਾ ਜ਼ਿਆਦਾ ਪਿਆਰ ਕਰਦੇ ਉਹ ਕਿਸੇ ਦੀ ਕਮੀ ਨਹੀਂ ਮਹਿਸੂਸ ਹੋਣ ਦਿੰਦੇ ਮੈਨੂੰ ਸਾਰਾ ਕੁਛ ਉਹੀ ਦੇਦੇ ਉਹੀ ਲੈ ਕੇ ਆਉਂਦੇ ਮੇਰੇ ਵਾਸਤੇ ਸੰਧਾਰਾ ਹਰੇਕ ਵਾਰੀ। ਅੱਛਾ ਹੁਣ ਉਹ ਕਦੇ ਆਪਦੇ ਪੇਕੇ ਪਰਿਵਾਰ 'ਚ ਜਾਣ ਨੂੰ ਜੀ ਕਰਦਾ ਗਾ ਇੱਕ ਧੀ ਸਹੁਰੇ ਵੀ ਕਿੰਨਾ ਕੁ ਟਾਈਮ ਰਹਿੰਦੀ ਆ ਉਹ ਇੱਕ ਅੱਧਾ ਗੇੜਾ ਤਾਂ ਆਪਦੇ ਪੇਕਿਆਂ ਦਾ ਮਾਰ ਹੀ ਆਉਂਦੀ ਹੁੰਦੀ ਆ ਹੈ ਨਾ ਕਦੇ ਉੱਥੇ ਜਾਣ ਨੂੰ ਜੀ ਕਰਦਾ ਉਹ ਘਰ 'ਚ ਜਿਹੜੇ 'ਚ ਤੁਸੀਂ ਖੇਡੇ ਖੇਡੇ ਤਾਂ ਸ਼ਾਇਦ ਖੈਰ ਤੁਸੀਂ ਹੈ ਨਹੀਂ ਆਪਣੇ ਬਚਪਨ 'ਚ ਹੈ ਨਾ ਅਤੇ ਹੁਣ ਕਦੇ ਜਾਣ ਨੂੰ ਜੀ ਕਰਦਾ ਹੁੰਦਾ ਨਹੀਂ ਕਿਉਂਕਿ ਮੰਮੀ ਪਾਪਾ ਇੱਧਰ ਬਹੁਤ ਜ਼ਿਆਦਾ ਪਿਆਰ ਕਰਦੇ ਫਿਰ ਮੈਨੂੰ ਕਮੀ ਨਹੀਂ ਮਹਿਸੂਸ ਹੁੰਦੀ ਉਹਨਾਂ ਦੀ ਮੈਂ ਜਾਂਦੀ ਤਾਂ ਆਪਣੇ ਮਾਮਿਆਂ ਦੇ ਘਰ ਜਾਂਦੀ ਹਾਂ ਉਹ ਮੈਨੂੰ ਬਹੁਤ ਪਿਆਰ ਕਰਦੇ ਇਸ ਕਰਕੇ ਕਮੀ ਨਹੀਂ ਮਹਿਸੂਸ ਹੋਣ ਦਿੰਦੇ ਮੈਨੂੰ ਕਿਸੇ। ਅੱਛਾ ਬਾਈ ਹੁਣ ਕਿਹੋ ਜਿਹੇ ਹਾਲਾਤ ਨੇ ਘਰ ਦੇ ਤੁਹਾਡੇ? ਹਾਲ ਤਾਂ ਭਾਅ ਜੀ ਸਟਰਗਲ ਹੀ ਚੱਲਦੀ ਪਈ ਆ ਅੱਗੇ ਨੂੰ ਬੈਟਰ ਨੇ। ਅਤੇ ਕੀ ਕੰਮ ਕਰਦੇ ਹੋ ਤੁਸੀਂ? ਮੈਂ ਭਾਅ ਜੀ ਕਲੀਨਿਕ 'ਤੇ ਜੋਬ ਕਰਦਾ ਮੈਂ 6ਵੀਂ 7ਵੀਂ 'ਚ ਗਿਆ ਜਦ ਮੈਂ ਕਲੀਨਿਕ 'ਤੇ ਕੰਮ ਕਰਨ ਲੱਗ ਗਿਆ ਸੀ ਨਾਲ ਨਾਲ ਪੜ੍ਹਨਾ ਸਕੂਲੋਂ ਆ ਕੇ ਮੈਂ ਕਲੀਨਿਕ 'ਤੇ ਜਾਣਾ ਛੁੱਟੀਆਂ ਹੋਣੀਆਂ ਜੂਨ ਦੀਆਂ ਜੂਨ ਜੁਲਾਈ ਛੁੱਟੀਆਂ ਹੁੰਦੀਆਂ ਜਦੋਂ ਉਸ ਤੋਂ ਬਾਅਦ ਡੈਡੀ ਫੈਕਟਰੀ 'ਚ ਉਦੋਂ ਫੈਕਟਰੀ 'ਚ ਕੰਮ ਕਰ ਦਿੰਦੇ ਫਿਰ ਡੈਡੀ ਨਾਲ ਮੈਂ ਫੈਕਟਰੀ 'ਚ ਜਾਣਾ। ਕਈ ਵਾਰ ਤਾਂ ਇੱਦਾਂ ਦੇ ਵੀ ਹਾਲਾਤ ਹੋਏ ਨੇ ਕਿ ਵੀ ਪੈਸੇ ਦੀ ਕਮੀ ਹੋਣੀ ਜ਼ਿਆਦਾ ਕਿਉਂਕਿ ਇੱਕ ਮਿਡਲ ਕਲਾਸ ਫੈਮਿਲੀ 'ਚੋਂ ਆ ਕੇ ਤੁਹਾਨੂੰ ਪਤਾ ਹੀ ਹੈ ਮਿਡਲ ਕਲਾਸ ਫੈਮਿਲੀ ਕਿੱਦਾਂ ਗੁਜ਼ਾਰਾ ਕਰਦੀ ਹੈ ਨਾ ਤਾਂ 7ਵੀਂ 8ਵੀਂ 7ਵੀਂ ਕਲਾਸ ਦੀ ਜਗ੍ਹਾ ਜਦੋਂ ਮੈਂ ਇੱਥੋਂ ਪਿੰਡੋਂ ਕਾਫੀ ਜਾਣੇ ਇੱਥੇ ਸਾਡੇ ਲਾਗੇ ਫੈਕਟਰੀ ਆ KRVL ਉਹ ਫੈਕਟਰੀ ਜਾਂਦੇ ਮੈਂ ਉਹਨਾਂ ਨਾਲ ਚਲ ਜਾਣਾ ਕਿਉਂਕਿ ਮੈਂ ਛੋਟਾ ਵਾਲਾ ਸੀਗਾ ਉੱਥੇ ਸ਼ਾਇਦ 18 ਸਾਲ ਤੋਂ ਉੱਪਰ ਦਿਆਂ ਨੂੰ ਕੰਮ ਕਰਨ ਦੇ ਉੱਥੇ ਅਧਿਕਾਰ ਸੀਗਾ ਮੈਨੂੰ ਐਂ ਨਹੀਂ ਸੀਗਾ ਪਰ ਫਿਰ ਵੀ ਉਹ ਮੈਨੂੰ ਚੋਰੀਓ ਲੈ ਜਾਂਦੇ ਸੀ ਲੁਕੋ ਲੁਕਾ ਕੇ ਵੀ ਚੱਲ ਵੀ ਇਹਨਾਂ ਦਾ ਘਰ ਦਾ ਗੁਜ਼ਾਰਾ ਔਖਾ ਹੁੰਦਾ ਤਾਂ ਫਿਰ ਮੈਂ ਨਾਲ ਕੰਮ 'ਤੇ ਜਾਣਾ ਉਹ 7ਵੀਂ 8ਵੀਂ 'ਚ ਕਿੰਨੀ ਕੁ ਉਮਰ ਹੁੰਦੀ ਬੱਚੇ ਦੇਖ ਲਓ ਮੈਂ ਉਹ ਟਾਈਮਾਂ ਦੇ ਵਿੱਚ ਵੀ ਫੈਕਟਰੀ 'ਤੇ ਕੰਮ ਕੀਤਾ ਸਾਡੇ ਨਾਲ ਬਹੁਤ ਮਾੜੀਆਂ ਹੋਈਆਂ ਨੇ ਆਹੀ ਦਿਨਾਂ ਦੇ ਦਿਨ ਵਿੱਚ ਦਿਵਾਲੀ ਦੇ ਦਿਨ ਸੀਗੇ ਸਾਡੇ ਘਰ ਅੱਗ ਵੀ ਲੱਗ ਗਈ ਸੀ ਭਾਈ ਸਾਰਾ ਕੁਛ ਮੱਚ ਗਿਆ ਜੀ ਸਾਡੇ ਨਾਲ ਪਾਉਣ ਨੂੰ ਵੀ ਕੱਪੜੇ ਨਹੀਂ ਸੀਗੇ ਅਤੇ ਫਿਰ ਪਿੰਡ ਦੇ ਵਿੱਚ ਸਹਿਯੋਗ ਦੇ ਨਾਲ ਸਾਡਾ ਨੰਗ ਢੱਕਿਆ ਕਹਿਣ ਦਾ ਜਿੱਦਾਂ ਕਹਿ ਦਿੰਦੇ ਆਮ ਹੀ ਸਾਨੂੰ ਕੱਪੜਾ ਲੀੜਾ ਦਿੱਤਾ ਪੈਣ ਨੂੰ ਬਿਸਤਰਾ ਮੰਜੇ ਸਾਡਾ ਸਾਰਾ ਕੁਛ ਫੁੱਕ ਗਿਆ ਸੀਗਾ। ਅੱਛਾ ਤੁਸੀਂ ਤੁਹਾਡੇ ਫਾਦਰ ਸਾਹਿਬ ਹੁਣ ਕੀ ਕੰਮ ਕਰਦੇ ਆ? ਡੈਡੀ ਮੇਰੇ ਪਥੇਰ ਦਾ ਕੰਮ ਕਰਦੇ ਆ। ਤੁਸੀਂ ਦੱਸਦੇ ਹੋ ਵੀ ਤੁਸੀਂ ਵੀ ਉਹਨਾਂ ਨਾਲ ਕਦੇ ਕਦੇ ਵਗ ਜਾਂਦੇ ਹੋ? ਹਾਂਜੀ ਜਦੋਂ ਕਈ ਵਾਰ ਜ਼ਿਆਦਾ ਕੰਮ ਹੁੰਦਾ ਗਾ ਫਿਰ ਮੈਂ ਨਾਲ ਜਾ ਕੇ ਕਰਾਇਆ ਉਹਨਾਂ ਨੂੰ। ਅੱਛਾ ਹੁਣ ਕਦੇ ਇਹ ਕੋਸ਼ਿਸ਼ ਕਰਦੇ ਹੁੰਦੇ ਕਿ ਜਿੰਨੇ ਦੁੱਖੇ ਨੇ ਉੱਥੇ ਦੇਖ ਲਏ ਹੁਣ ਇਹ ਪਰਿਵਾਰ 'ਚ ਆ ਕੇ ਉਹ ਨਾ ਦੁੱਖ ਦੇਖੇ ਚਾਹੇ ਰੋਟੀ ਘੱਟ ਖਾ ਲਈਏ ਪਰ ਚੰਗੀ ਜ਼ਿੰਦਗੀ ਇਹਨੂੰ ਮੈਂ ਜ਼ਰੂਰ ਦੇਵਾਂ ਹੈ ਨਾ? ਹਾਂਜੀ ਭਾਅ ਜੀ ਇਹੀ ਮੇਰਾ ਏਮ ਹੀ ਹਰ ਵਕਤ ਇਹੀ ਹੁੰਦਾ ਵੀ ਮੈਂ ਇਹਨਾਂ ਨੂੰ ਚੰਗੀ ਲਾਈਫ ਦੇਵਾਂ ਜਿਹੜੇ ਦੁੱਖ ਇਹਨਾਂ ਨੇ ਪਿੱਛੇ ਦੇਖਿਆ ਉਹ ਮੈਂ ਇੱਥੇ ਨਾ ਦਿਖਾਵਾਂ। ਅੱਛਾ ਭੈਣੇ ਹੁਣ ਤੁਸੀਂ ਕੀ ਕੰਮ ਕਰ ਰਹੇ ਹੋ? ਕੀ ਇੱਕ ਸਟੱਡੀ ਕਰਦੇ ਹੋ? ਮੈਂ ਸਟੱਡੀ ਕਰ ਰਹੀ ਹਾਂ ਹੁਣ ਆਪਣੀ ਡਿਗਰੀ ਕੰਪਲੀਟ ਕਰ ਰਹੀ ਹਾਂ। ਕੀ ਡਿਗਰੀ ਕਰ ਰਹੇ ਹੋ ਤੁਸੀਂ? ਪੋਸਟ ਬੀਸੀ BSc ਨਰਸਿੰਗ ਕਰ ਰਹੀ ਹਾਂ। ਅੱਛਾ ਹਾਂਜੀ। ਅੱਛਾ ਬਈ ਇਹ ਇੱਕ ਗੱਲ ਇਹ ਵੀ ਆ ਕਿ ਇਹ ਪੜ੍ਹਨਾ ਚਾਹੁੰਦੇ ਸੀ ਇਹਨਾਂ ਨੇ ਆਖਿਆ ਸੀ ਕਿ ਮੈਂ ਵਿਆਹ ਤੋਂ ਬਾਅਦ ਪੜ੍ਹਨਾ ਚਾਹੁੰਦੀ ਹਾਂ ਅਤੇ ਤੁਸੀਂ ਜਿਹੜੇ ਮਰਜ਼ੀ ਹਾਲਾਤਾਂ 'ਚੋਂ ਵਿਆਹ ਤੋਂ ਬਾਅਦ ਇਹਨਾਂ ਨੂੰ ਪੜ੍ਹਾ ਵੀ ਰਹੇ ਹੋ ਤੁਸੀਂ? ਹਾਂਜੀ ਮੈਂ ਭਾਅ ਜੀ ਇਹਨਾਂ ਨੂੰ ਕਦੇ ਰੋਕੇ ਨਹੀਂ ਕਹਿੰਦੇ ਪੜ੍ਹਨਾ ਗਾ ਮੈਂ ਕਿਹਾ ਕੋਈ ਗੱਲ ਨਹੀਂ ਪੜ੍ਹੋ ਆਪਾਂ ਰੋਕਿਆ ਨਹੀਂ ਹੈਗਾ ਅਤੇ ਫਿਰ ਇਹਨਾਂ ਨੇ ਪੇਪਰ ਦਿੱਤਾ ਗੌਰਮੈਂਟ ਸੀਟ ਲਈ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਉਹ 'ਚ ਰੈਂਕ ਵੀ ਆ ਗਿਆ ਕਲੀਅਰ ਹੋ ਗਿਆ ਚਲੋ ਉਸ ਤੋਂ ਬਾਅਦ ਗੌਰਮੈਂਟ ਸੀਟ ਮਿਲ ਗਈ ਹੁਣ ਡੇਲੀ ਅਪ ਡਾਊਨ ਕਰਦੇ ਆ 5 ਘੰਟੇ ਸਫ਼ਰ ਦੇ ਵਿੱਚ ਹੀ ਲੰਘ ਜਾਂਦਾ ਸਵੇਰੇ 5:30 ਆਉਂਦੇ ਆ ਸ਼ਾਮ ਨੂੰ 6:45 ਦੇ ਤਕਰੀਬਨ ਘਰ ਪਹੁੰਚਦੇ ਹੈਗੇ ਬਸ ਇਹ
एक घर बार दे लई स्ट्रगल करते पिया सी आपस विच दोनों जाने, मैं भी घरों काम ते जाना गा, इधर ये भी चल भी आपसी घर बार सवा सरदार लिया पता, क्योंकि सानू पता अजकल दी लाइफ दे विच जिहड़े रिश्तेदार मेन होंदे आ ना उह घर मूर दी लंघ जांदे आगे भी ये लो लेवल दे ने जिहड़े साडे आस पास दे लोग होंदे ने उह थोड़े तकड़े होंदे आगे ना उहनां दे घरों आ के साडे मूर दी लंघ जांदे आ। असीं यही एम रखिया भी असीं चलो कुछ बन के ना आपदा घर बार पाइए जिहड़े साढ़े घर मूर दी लंघदे ने असीं उहनां नूं आपदे दरां ते लईए एक दिन। अच्छा माता जी कदे कोशिश ये करदे हुंदे हो कि नूं नूं कदे इहदी मां दी याद ना आवे? ना भाई इत्थे कदे ठाली नहीं, मैं तो सुती पई है। अच्छा 10 बजे उठे चाहे 9 बजे उठे। अच्छा मैं नहीं कदे ठाली हैगी। प्यार दिंदे हो मां? हां मैं तो कदे नूं कम नूं भी नहीं कहा हैगा, आपदी मर्जी तो ही करदी है जिहड़ा कुछ करदी है। अच्छा मैं तो कम नूं भी नहीं कदे लाया हैगा। अच्छा मैं तो आप ही करदी, मैं तो कुड़ी नूं भी नहीं कहिंदी हैगी, वह भी आपदी मर्जी नाल करके जांदी है तड़के। अच्छा कदे ये कहने हुंदे ने भी तूं परवाह ना करी, तेरी मां मैं बैठी हां, जिहड़ी चीज तूं मंगणी है मैं इत्थों मंगी, है ना? कदे तूं ਉਹ ਚੀਜ਼ਾਂ ਬਚਪਨ 'ਚ ਤਾਂ ਉਹ ਚੀਜ਼ਾਂ ਤੋਂ ਤੂੰ ਰਹਿ ਗਈ ਹੋਵੇਂਗੀ, ਪਰ ਇੱਥੇ ਆ ਕੇ ਤੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰੂੰਗੀ ਮੈਂ, ਕਦੇ ਕਹਿੰਦੇ ਹੁੰਦੇ ਉਹ ਗੱਲਾਂ? ਲੋੜਾਂ ਤਾਂ ਭਾਈ ਹੁਣ ਮੁੰਡੇ ਹੀ ਪੂਰੀਆਂ ਕਰਤਾ ਸਾਰੀਆਂ, ਇਹਦੀ ਹੱਥ ਆ ਸਾਰੀ ਕਬੀਲਦਾਰੀ, ਇਹ ਤਾਂ ਕੰਮ ਕਰਨ ਵਾਲਿਆ, ਇਹੀ ਲਿਆਉਂਦੇ ਨੇ ਸਭ ਕੁਛ, ਆਪਾਂ ਤਾਂ ਕਦੇ ਕਿਤੇ ਗਏ ਨਹੀਂ ਇਹਨੂੰ ਲੈ ਕੇ, ਮੁੰਡਾ ਹੀ ਲੈ ਕੇ ਜਾਂਦਾ। ਚਾਲ ਆੜ ਪੂਰੇ ਕਰਦੇ ਹੋ? ਜਿਹੜੀ ਚੀਜ਼ ਮੰਗਦੀ ਉਹੀ ਚੀਜ਼ ਮਿਲਦੀ ਹੈ ਇਹਨੂੰ। ਅੱਛਾ ਹਾਂ ਕਦੇ ਯਾਦ ਤਾਂ ਨਹੀਂ ਆਉਣ ਦਿੱਤੀ? ਨਾ ਕਦੇ ਇਹ ਮਾਯੂਸ ਹੋਈ ਹੋਵੇ ਤੇ ਤੁਸੀਂ ਇਹਨੂੰ ਆਖਿਆ ਹੋਵੇ ਕੋਈ ਗੱਲ ਨਹੀਂ ਮੈਂ ਬੈਠੀ ਹਾਂ? ਤਰੱਕੀਆਂ ਕਰਨ ਮਾੜੀਆਂ ਮੋਟੀਆਂ, ਸਾਨੂੰ ਤਾਂ ਇਹੀ ਸਹਾਰਾ, ਬਸ ਅਸੀਂ ਤਾਂ ਇਹਨਾਂ ਦੇ ਹੌਸਲੇ ਨਾਲ ਹੀ ਫਿਰੀ ਜਾਂਦੇ। ਅੱਛਾ ਕਦੇ ਬਾਈ ਨੇ ਇਹ ਗੱਲ ਆਖੀ ਹੋਵੇ ਜਾਂ ਭੈਣ ਨੇ ਇਹ ਗੱਲ ਆਖੀ ਹੋਵੇ ਵਿਆਹ ਤੋਂ ਅਨੁਸਾਰ ਜਦੋਂ ਵਿਆਹ ਹੋਇਆ ਵੀ ਮੈਂ ਪੜ੍ਹਨਾ ਚਾਹੁੰਦੀ ਹਾਂ, ਆਪਦਾ ਚੱਕ ਚੱਕੀ ਫਿਰਦੇ ਨੇ, ਸਾਤੋਂ ਕਿਹੜਾ ਕੁਛ ਮੰਗਦੇ ਨੇ, ਆਪਦਾ ਵਧੀਆ ਕੰਮ ਕਾਰ ਕਰਦੇ ਨੇ, ਆਪਦਾ ਕਮਾਉਂਦੇ ਨੇ ਖਾਂਦੇ ਨੇ, ਸਾਤੋਂ ਤਾਂ ਕੁਛ ਮੰਗਦੇ ਨੀ ਹੈਗੇ। ਅੱਛਾ ਤੁਹਾਡਾ ਰਿਸ਼ਤਾ ਨੂੰ ਸੱਸ ਵਾਲਾ ਜਾਂ ਮਾਮਾ ਧੀ ਵਾਲਾ ਹੀ ਆ ਭਾਈ? ਸਾਡਾ ਤਾਂ ਮਾਮਾ ਧੀ ਵਾਲਾ, ਸਾਡੀ ਤਾਂ ਤੀਜੀ ਧੀ ਬਣਾਈ ਹੋਈ ਆ, ਨਾ ਕਦੇ ਅਸੀਂ ਇਹ ਤੋਂ ਪੈਰੀ ਹੱਥ ਲਵਾਏ ਨੇ, ਇਹ ਤਾਂ ਧੀ ਵਾਂਗੂ ਹੀ ਸਮਝਦੇ ਨੂੰ ਵੀ ਤੀਜੀ ਧੀ ਸਾਡੀ ਇਹ ਆ, ਪੁੱਛ ਕੇ ਦੇਖ ਲਓ ਚਾਹੇ। ਤੈਨੂੰ ਸਮਝਿਆ ਨੀ ਨੂੰਹ ਵਾਲਾ ਰਿਸ਼ਤਾ, ਤਾਂ ਇਹਦੇ ਨਾਲ ਜਿੱਦਣ ਦੀ ਵੀ ਆਈ ਆ ਪਹਿਲਾਂ ਤੋਂ ਵੀ ਗੱਲਬਾਤ ਕਰਦੇ ਰਹੇ ਹਾਂ, ਵਿਆਹ ਤੋਂ ਪਹਿਲਾਂ ਵੀ ਅਸੀਂ ਤਾਂ ਧੀ ਵਾਲੀ ਰਿਸ਼ਤਾ ਰੱਖਿਆ ਇਹਦੇ ਨਾਲ, ਨੂੰਹ ਵਾਲਾ ਤਾਂ ਰੱਖੀ ਨੀ, ਨਾ ਹੁਣ ਰੱਖਿਆ ਨਾ ਪਹਿਲਾਂ ਰੱਖੀ ਆ। ਹਾਂ ਇਹ ਤਾਂ ਮਾਮਾ ਧੀਆਂ ਵਾਲੀ ਰਿਸ਼ਤਾ ਵਰਤਿਆ ਹੋਇਆ ਸਾਡਾ ਤਾਂ, ਜਈਆਂ ਜੀ ਆਪਦੇ ਧੀਆਂ ਨੇ ਉਹੀ ਜੀਏ ਧੀ ਨੇ ਦੋ ਤੀਜੀ ਇਹ ਆ। ਅੱਛਾ ਭੈਣੇ ਕਿਹੋ ਜਿਹਾ ਰਿਸ਼ਤਾ ਰਿਹਾ ਸੱਸ ਨਾਲ? ਉੱਥੇ ਤਾਂ ਮਾਂ ਦਾ ਪਿਆਰ ਮਿਲਿਆ ਨਹੀਂ, ਜਿਸ ਹਿਸਾਬ ਨਾਲ ਉਹ ਗੱਲਾਂ ਕਰ ਰਹੇ ਗੱਲਾਂ ਸੱਚੀਆਂ ਨੇ। ਹਾਂਜੀ ਇੱਥੇ ਆ ਕੇ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ, ਮੈਨੂੰ ਕਦੀ ਮਾਂ ਦੀ ਕਮੀ ਨਹੀਂ ਮਹਿਸੂਸ ਹੋਈ, ਮੰਮੀ ਬਹੁਤ ਜ਼ਿਆਦਾ ਕਰਦੀ, ਇਹਨਾਂ ਨੇ ਮੈਨੂੰ ਕਦੀ ਕਿਹਾ ਵੀ ਨਹੀਂ ਉੱਠ ਇੰਨਾ ਟਾਈਮ ਹੋ ਗਿਆ, ਕਿਉਂਕਿ ਮੈਨੂੰ ਸੰਡੇ ਦੀ ਛੁੱਟੀ ਹੁੰਦੀ ਆ, ਕਦੀ ਇਹ ਨਹੀਂ ਕਿਹਾ ਉੱਠ ਜਾ ਇੰਨਾ ਟਾਈਮ ਹੋ ਗਿਆ, ਇਹ ਕਰਨਾ ਇਹ ਕਰਨਾ, ਕਦੀ ਕੱਪੜੇ ਤੋਂ ਨਹੀਂ ਰੋਕਿਆ ਕਿ ਤੂੰ ਕਿੱਦਾਂ ਦੇ ਕੱਪੜੇ ਪਾ ਰਹੀ ਆ, ਇਹ ਕੱਪੜੇ ਨਹੀਂ ਪਾਉਂਦੇ। ਅਸੀਂ ਕਿਤੇ ਜਾਣ ਆਉਣਾ ਗਾ ਕਿਤੇ ਦੋ ਦਿਨ ਲਾਈਏ ਜਾਂ ਤਿੰਨ ਦਿਨ ਲਾਏ ਨਾ, ਐ ਥੋੜੀ ਪਿੱਛੇ ਫੋਨ ਕਰ ਦੇਣਗੇ ਆ ਜਾਓ ਭਾਈ, ਕਦੇ ਨਹੀਂ ਕਦੀ ਸਾਨੂੰ ਆਉਣ ਜਾਣ ਤੋਂ ਨਹੀਂ ਰੋਕਿਆ, ਕੱਪੜੇ ਕਿਤੇ ਮਰਜ਼ੀ ਜਾਈਏ ਕਦੇ ਨਹੀਂ ਰੋਕਿਆ ਕਿਸੇ ਚੀਜ਼ ਤੋਂ ਨਹੀਂ। ਅੱਜ ਕੱਲ੍ਹ ਤੁਹਾਨੂੰ ਪਤਾ ਹੈਗਾ ਟੋਕ ਟਕਈਆ ਬਹੁਤ ਹੁੰਦਾ ਗਾ। ਅੱਛਾ ਇਹ ਦਿਮਾਗ 'ਚ ਸੋਚ ਕਿਵੇਂ ਬਣਾ ਲਈ ਵੀ ਨਹੀਂ ਤਾਂ ਅਕਸਰ ਜਿੱਥੇ ਦੋ ਭਾਂਡੇ ਹੁੰਦੇ ਉੱਥੇ ਖੜਕਦੀ ਹੁੰਦੀ ਆ? ਅਸੀਂ ਤਾਂ ਭਾਈ ਖੜਕਾਉਂਦੀ ਨਹੀਂ ਹੈਗੀ, ਅਸੀਂ ਮੌਕਾ ਹੀ ਨਹੀਂ ਦਿੰਦੇ ਖੜਕਾਉਣ ਵਾਲਾ, ਉਹਨਾਂ ਨੂੰ ਆਪਣੀ ਮਰਜ਼ੀ ਆ, ਚਾਹੇ 4 ਦਿਨ ਲਾਏ ਹੋਣ 5 ਦਿਨ ਲਾਏ ਹੋਣ, ਅਸੀਂ ਇਹਨਾਂ ਨੂੰ ਕਦੇ ਨਹੀਂ ਉਹ ਕਰਿਆ, ਊਂ ਪਰ ਜੀ ਤਾਂ ਸਾਡਾ ਵੀ ਨਹੀਂ ਲੱਗਦਾ, ਫਿਰ ਵੀ ਚੱਲ ਆਏ ਹੁੰਦਾ ਵੀ ਚੱਲ ਆਪਦੇ ਕੰਮ ਧੰਦੇ ਗਏ ਨੇ। ਅੱਛਾ ਤੁਸੀਂ ਇਹ ਗੱਲ ਵੀ ਦੱਸਦੇ ਹੋ ਵੀ ਸਾਡੇ ਕੋਲ ਹੋਰ ਦੇਖਣ ਨੂੰ ਕੀ ਆ ਇਹ? ਹੁਣ ਫਿਰ ਇੱਕੋ ਹੀ ਸਾਡੇ ਇਹੀ ਜਵਾਕ ਨੇ, ਹੋਰ ਕੀ ਆ, ਕੁੜੀ ਆ ਹੁਣ ਉਹਨੂੰ ਵੀ ਵਿਆਹ ਕੇ ਤੋਰ ਦਾਂਗੇ, ਫਿਰ ਇਹਨਾਂ ਨਾਲ ਹੀ ਅਸੀਂ ਉਹ ਕਰਨ ਗੁਜ਼ਾਰਾ, ਇਹੀ ਦੁਨੀਆ ਤੁਹਾਡੀ। ਹਾਂ ਇਹਨਾਂ ਨਾਲ ਹੀ ਸਾਡਾ ਜੱਗ ਵੱਸਦਾ, ਇਹਨਾਂ ਨਾਲ ਹੀ ਸਭ ਕੁਛ। ਚੰਗੀ ਸੋਚ ਆ ਮਾਤਾ ਜੀ, ਹਰੇਕ ਸੱਸ ਇਹ ਜੀ ਹੋਵੇ, ਹੈ ਨਾ? ਅੱਜ ਤਾਂ ਕਹਿੰਦਾ ਵੀ ਮਹਾਰਾਜ ਇਹਨਾਂ ਨੂੰ ਤਰੱਕੀਆਂ ਬਖਸ਼ੇ, ਵਧੀਆ ਆਪਦਾ ਕਮਾਈ ਕਰਨ, ਵਧੀਆ ਆਪਦਾ ਉਹ ਕਰਨ, ਚੱਲ ਸਾਡਾ ਤਾਂ ਟਾਈਮ 'ਚ ਭਾਈ ਲੰਘ ਗਿਆ ਵਧੀਆ, ਜਿਹੋ ਜਿਹਾ ਸਾਡੇ ਕਰਮਾਂ 'ਚ ਟੀ ਉਹੋ ਜਿਹਾ ਸਾਡੇ ਨਾਲ ਉਹ ਹੋ ਗਿਆ, ਹੁਣ ਇਹਨਾਂ ਦਾ ਟਾਈਮ ਆ ਵਧੀਆ ਲਿਖਾਉਣ, ਮਾੜਾ ਲਿਖਾਉਣ ਉਹ ਤਾਂ ਹੁਣ ਇਹਨਾਂ ਦੇ ਉੱਤੇ ਆ, ਪੜ੍ਹਾ ਲਿਖਿਆ ਤੇ। ਅੱਛਾ ਜਿਵੇਂ ਹੁਣ ਇਹੋ ਜਿਹੇ ਮੌਕੇ ਹੁੰਦੇ ਆ ਮਾਤਾ ਜੀ ਵੀ ਜਿੱਥੇ ਮਾਂ ਦੀ ਪਿਓ ਦੀ ਲੋੜ ਹੁੰਦੀ ਆ, ਫਿਰ ਉੱਥੇ ਨਾਲ ਖੜਦੇ ਹੋ ਇਹਨਾਂ ਦੀ? ਖੜਦੇ ਹਾਂ, ਖੜਦੇ ਹਾਂ। ਕਿਹੋ ਜਿਹਾ ਅਹਿਸਾਸ ਰਿਹਾ ਇਹ ਪਰਿਵਾਰ 'ਚ ਆ ਕੇ ਤੁਹਾਡਾ?
बहुत वधिया बहुत प्यार मिले किसी चीज़ की मैनू कमी नहीं महसूस हुई वधिया शुक्र मनाने उन्हें परमात्मा की जिहड़ी दुख देखनी सी वो पहला देख ले इस तो बाद मैनू चंगी जिंदगी दी आ तेरा शुक्र जी वो तो है क्योंकि बहुत ज़्यादा प्यार सत्कार मिले मैनू पिछला जो टाइम है वो मैं सारा कुछ भुल गई वो बारे मैं याद भी नहीं करती क्योंकि फैमिली ने सपोर्ट करके ही है इन्नी सपोर्ट करती है कि मैं स्टडी भी करवा रहे हैं कि सारा कुछ नाल मैं सपोर्ट कर रहे हैं क्या बात है चंगी सोच है भैने बहुत शुक्रिया बई गुरप्रीत तुसी समा दिता बहुत शुक्रिया भैने जसप्रीत तो माता जी थोड़ा बहुत शुक्रिया है ना तो चंगी सोच थोड़ी इस तरीके बनी रहे हरेक जी सस है ना वो इस तरीके की सोच रखे अपनी नूँह प्रति एक चंगा सुनेहा बहुत शुक्रिया तुसी समा दिता सारे परिवार ने बहुत बहुत धन्यवाद भाई सो इंटरव्यू चंगी लगी कमेंट करके जरूर दस दौ वो शेयर जरूर करो तो एक चंगा सुनेहा तो एक धी का दर्द दिखाया कि एक धी की माँ तो बिना कहो जी जिंदगी होंगी है पर किस्मत बदलती है जो भैन होर का विआह हों पेके सहरे परिवार च आके भैन होर सारिया कमियां दूर हो जाए ने प्यार अपने सहरे परिवार तो माँ प्यो वाला मिलता बहुत बहुत धन्यवाद देखते रहो घैंट पंजाबी जी थोड़ी भी जिंदगी की कोई ऐसी कहानी जी साझी करना चाहते हो थले एक इंस्टाग्राम आई डी का लिंक है वो मैसेज करके साथ रबता जरूर कायम कर सकते हो बहुत बहुत धन्यवाद देखते रहो घैंट पंजाबी जी।